ਉਹਨਾਂ ਦੇ ਲੜਕੇ ਸਤਿਕਾਰਯੋਗ ਆਪਣਾ ਲਖਵਿੰਦਰ ਸਿੰਘ ਜੀ, ਅੱਜ ਇਹ ਦੋਵੇਂ ਜੀ ਬੜੀ ਮੁਸ਼ਕਤ ਨਾਲ, ਬੜੇ ਔਖੇ ਹੋ ਕੇ, ਬੜੇ ਭਰੇ ਮਨ ਨਾਲ, ਬੜੇ ਦੁਖੀ ਹਿਰਦੇ ਨਾਲ ਅੱਜ ਪੰਜਾਬ ਦੀ ਇਸ ਪਵਿੱਤਰ ਸਦਨ 'ਚ ਆਪ ਦੀ ਇਨਸਾਫ ਦੀ ਮੰਗ ਲੈ ਕੇ ਅੱਜ ਬੜੇ ਹੀ ਆਸ ਉਮੀਦ ਨਾਲ ਇੱਥੇ ਪਹੁੰਚੀ। ਔਰ ਇਹਨਾਂ ਦਾ ਇੱਥੇ ਪਹੁੰਚਣਾ ਕੋਈ ਰਸਤਾ ਸੌਖਾ ਨਹੀਂ ਸੀ। ਇਹਨਾਂ ਤੇ 24 ਘੰਟੇ ਪੰਜਾਬ ਸਰਕਾਰ ਵੱਲੋਂ, ਇੰਟੈਲੀਜੈਂਸ ਮਹਿਕਮੇ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ, ਇਹਨਾਂ ਦੀ ਇੱਕ ਇੱਕ ਮੂਵਮੈਂਟ ਨੂੰ ਵਾਚ ਕੀਤਾ ਜਾਂਦਾ ਹੈ, ਪੁਲਿਸ ਨੂੰ ਚੱਕਵਾ ਦੇ ਕੇ ਇਹ ਪੰਜਾਬ ਦੇ ਚੰਡੀਗੜ੍ਹ ਤਾਂ ਪਹੁੰਚ ਗਏ, ਮਗਰ ਪੰਜਾਬ ਪੁਲਿਸ ਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਇਹ ਵਿਧਾਨ ਸਭਾ ਦੇ ਅੰਦਰ ਆ ਗਏ। ਔਰ ਮੈਂ ਇਸ ਐਕਸ਼ਨ ਨੂੰ ਕੰਡੈਮ ਵੀ ਕਰਦਾ, ਔਰ ਮੈਂ ਇਹ ਗੱਲ ਸਪੀਕਰ ਸਾਹਿਬ ਨਾਲ ਵੀ ਟੇਕ ਅਪ ਕਰਨੀ ਹੈ। ਆਸ ਮੈਨੂੰ ਕੋਈ ਜ਼ਿਆਦਾ ਲੱਗਦੀ ਨਹੀਂ, ਮਗਰ ਮੈਂ ਟੇਕ ਅਪ ਇਸ ਲਈ ਕਰੂੰਗਾ ਕਿ ਜਿਹਦਾ ਪਾਸ ਬਣ ਗਿਆ ਹੋਵੇ, ਉਹ ਪਾਸ ਬਣ ਕੇ ਸਾਡੇ ਨਾਲ ਦਫ਼ਤਰ 'ਚ ਆ ਗਏ ਹੋਣ, ਉਹ ਤੋਂ ਬਾਅਦ ਪੁਲਿਸ ਦੇ ਘੱਟੋ ਘੱਟ, ਇੱਥੇ ਵੀ CID ਦੇ ਮਹਿਕਮੇ ਵਾਲੇ ਖੜੇ ਆ, ਔਰ ਘੱਟੋ ਘੱਟ 25 ਮੁਲਾਜ਼ਮ ਵਿਦ ਇੱਕ ਸੀਨੀਅਰ ਅਫਸਰ ਆਏ ਕਿ ਸਾਨੂੰ ਇਹਨਾਂ ਦੀ, ਅਸੀਂ ਇਹਨਾਂ ਦੀ ਪੁੱਛਗਿੱਛ ਕਰਨੀ ਹੈ। ਜਿਹੜਾ ਕੋਈ ਪਾਸ ਇੱਕ ਡਿਊ ਪ੍ਰੋਸੈਸ ਤੋਂ ਬਾਅਦ ਅੰਦਰ ਆ ਗਿਆ ਹੋਵੇ, ਉਹਦੀ ਕਾਹਦੀ ਪੁੱਛਗਿੱਛ ਬਣਦੀ ਆ। ਸਿਰਫ ਮਕਸਦ ਇਹ ਸੀ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਪੰਜਾਬ ਦੀ ਵਿਧਾਨ ਸਭਾ ਤੋਂ ਹਟਾਤਾ ਜਾਵੇ, ਰਿਮੂਵ ਕਰਤਾ ਜਾਵੇ, ਇਹ ਆਪਦੀ ਗੱਲ ਇੱਥੇ ਨਾ ਰੱਖ ਸਕਣ। ਔਰ ਇਹ ਸਾਡੇ ਸਤਿਕਾਰਯੋਗ MLA ਸਾਹਿਬ ਮਨਪ੍ਰੀਤ ਸਿੰਘ ਜੀ ਆਯਾਲੀ ਸਾਹਿਬ ਨੇ 0 ਆਵਰ 'ਚ ਇਹਨਾਂ ਦਾ ਮੁੱਦਾ ਉਠਾਇਆ, ਔਰ ਇਹ ਮੁੱਦਾ ਉਠਾਉਣਾ ਜ਼ਰੂਰੀ ਕਿਉਂ ਹੋ ਗਿਆ? ਕਿਉਂਕਿ ਅੱਜ ਜਿਸ ਦਿਨ ਸੈਸ਼ਨ ਸ਼ੁਰੂ ਹੋਇਆ ਸੀ, ਉਸ ਦਿਨ ਕਿੱਕੀ ਢਿੱਲੋਂ ਤੇ ਕਾਂਗੜ ਨੇ ਇੱਥੇ ਆਪਦਾ ਇੱਕ ਡਰਾਮਾ ਰਚਿਆ। ਦੇਖੋ, ਜਿਹੜੀ ਅਫੈਕਟਿਡ ਪਾਰਟੀ ਹੈ, ਜਿਹੜੇ ਮੁੱਖ ਗਵਾਹ ਹੈ ਸਾਹਿਬ ਸੁਰਜੀਤ ਸਿੰਘ, ਉਹਨਾਂ ਦਾ ਪਰਿਵਾਰ ਬੜੀ ਦਲੇਰੀ ਨਾਲ, ਔਰ ਇਹਨਾਂ ਤੇ ਅੱਤ ਦਾ ਦਬਾਅ, ਮਤਲਬ ਇਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਕਾਂਗੜ ਤੇ ਢਿੱਲੋਂ ਵੱਲੋਂ, ਕਿੱਕੀ ਢਿੱਲੋਂ ਵੱਲੋਂ ਇਹਨਾਂ ਨੂੰ ਦਬਕੇ ਵੀ ਮਾਰੇ ਗਏ, ਇਹਨਾਂ ਨੂੰ ਥ੍ਰੈਟ ਵੀ ਕੀਤਾ ਗਿਆ, ਇਹਨਾਂ ਦੀ ਜਾਨ ਨੂੰ ਖਤਰਾ ਵੀ ਪੈਦਾ ਹੋਇਆ, ਮਗਰ ਇਹ ਬੜੀ ਦਲੇਰੀ ਨਾਲ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ 'ਚ ਮਾਤਾ ਜੀ ਆਪ ਦੀ ਗੱਲ ਰੱਖਦੇ ਆਏ ਹੈ। ਔਰ ਬੜੇ ਲੰਮੇ ਸਮੇਂ ਬਾਅਦ ਜਦ ਇਹਨਾਂ ਨੇ ਮਹਿਸੂਸ ਕੀਤਾ ਕਿ ਨਾ SSP ਸੁਣੇ, ਨਾ DC ਸਾਹਿਬ ਸੁਣਨ, ਨਾ ਹੁਕਮਰਾਨ ਸੁਣਨ, ਜਦ ਕਿਸੇ ਨੇ ਨਹੀਂ ਸੁਣੀ, ਅੱਜ ਇਹ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਹਰ ਪਾਰਟੀ ਦੇ MLA ਨੂੰ, ਚਾਹੇ ਉਹ ਆਪ ਦਾ ਸੀ, ਚਾਹੇ ਉਹ ਕਾਂਗਰਸ ਦਾ ਸੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ, ਚਾਹੇ ਉਹ BJP ਦਾ ਸੀ, ਚਾਹੇ ਉਹ ਆਜ਼ਾਦ ਸੀ, ਇਹਨਾਂ ਨੇ ਆਪਦਾ ਇੱਕ ਮੈਮੋਰੈਂਡਮ ਹਰ MLA ਨੂੰ ਦਿੱਤਾ ਕਿ ਤੁਸੀਂ ਸਾਡੀ ਗੱਲ ਚੁੱਕੋ। ਔਰ ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਪੋਲੀਟਿਕਸ ਤੇ ਪਾਰਟੀਬਾਜ਼ੀ ਇਸ ਤਰੀਕੇ ਨਾਲ ਭਾਰੂ ਹੈ ਕਿ ਕੇਵਲ ਤੇ ਕੇਵਲ ਸਿਆਸਤ ਕੀਤੀ ਜਾਂਦੀ ਹੈ, ਇਹਨਾਂ ਦਾ ਮੁੱਦਾ ਅੰਦਰ ਕਿਸੇ ਨੇ ਚੁੱਕਣਾ ਠੀਕ ਨਹੀਂ ਸਮਝਿਆ। ਇਹਨਾਂ ਦਾ ਮੁੱਖ ਗਰਾਊਸ ਕੀ ਹੈ, ਮੁੱਖ ਇਹਨਾਂ ਦਾ ਰੌਲਾ ਕੀ ਹੈ?
ਕਿ ਜਿਹੜੇ ਸੁਰਜੀਤ ਸਿੰਘ ਦੀ ਡੈਥ ਕੋਈ ਸਧਾਰਨ ਡੈਥ ਨਹੀਂ ਸੀ, ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਕਰਕੇ ਓਵਰ ਟਾਈਮ ਕਦੇ ਜਲੀਲ ਕਰਨਾ, ਕਦੇ ਬਿਜਲੀ ਦੇ ਰੇਟ ਕਰਾਉਣੇ, ਕਦੇ ਕਿਸੇ ਤਰੀਕੇ ਨਾਲ ਜਲੀਲ ਕਰਨਾ। ਜਲੀਲ ਕਰਨ ਵਾਲੇ ਕੌਣ? ਕਾਂਗੜ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿੱਲੋਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ 24 ਘੰਟੇ ਉਹਨਾਂ ਦੇ ਨਾਲ ਸੰਪਰਕ 'ਚ ਰਹਿੰਦੀਆਂ ਨੇ, ਉਹਨਾਂ ਦੇ ਹਿਸਾਬ ਨਾਲ ਚੱਲਦੀਆਂ ਨੇ। ਔਰ ਇਹਨਾਂ ਦੀਆਂ ਫਰਿਆਦਾਂ ਜਸਟਿਸ ਰਣਜੀਤ ਸਿੰਘ ਕੋਲ ਵੀ ਲੈ ਕੇ ਗਏ, ਸੀਐਮ ਸਾਹਿਬ ਕੋਲ ਵੀ ਲੈ ਕੇ ਗਏ, ਹੁਕਮਰਾਨਾਂ ਕੋਲ ਵੀ ਲੈ ਕੇ ਗਏ, ਮਗਰ ਕਿਸੇ ਨੇ ਨਹੀਂ ਸੁਣੀ। ਅੱਜ ਇਹ ਆਪਣੀ ਗੱਲ ਇੱਥੇ ਆਪ ਬਿਆਨ ਕਰਨ ਵਾਸਤੇ ਆਏ ਹਾਂ। ਮੈਂ ਚਾਹੂੰਗਾ ਕਿ 2 ਮਿੰਟ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਇਨਸਾਫ ਦਿਵਾਉਣਾ। ਔਰ ਕਿੱਕੀ ਢਿੱਲੋਂ ਤੇ ਗੁਰਪ੍ਰੀਤ ਕਾਂਗੜ ਦੇ ਖਿਲਾਫ਼ ਪਰਚਾ ਦਰਜ ਹੋਵੇ, ਕਿਉਂਕਿ ਇਹਨਾਂ ਨੇ SHO ਥਾਣੇ 'ਚ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ। ਔਰ ਜਿੱਥੇ ਪਰਚਾ ਦਰਜ ਹੋਵੇ ਉੱਥੇ ਮਿਨਿਸਟਰ ਸਾਹਿਬ ਨੂੰ ਬਰਖਾਸਤ ਕਰਨ ਦੀ ਮੰਗ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਹਾਊਸ 'ਚ ਉਠਾਈ ਹੈ। ਆ ਬੀਬੀ ਜੀ ਜਾਂ ਕਾਕਾ ਜੀ ਆਪਦੀ ਗੱਲ ਦੱਸਣਗੇ, ਲਖਵਿੰਦਰ ਸਿੰਘ। ਹਾਂਜੀ, ਮੈਂ ਤਾਂ ਇਹੀ ਫਰਿਆਦ ਲੈ ਕੇ ਆਈ ਹਾਂ ਵੀ ਪਹਿਲੀ ਤਾਂ ਮੇਰੀ ਫਰਿਆਦ ਇਹ ਹੈ ਵੀ ਜੇ ਮੇਰੇ ਕੋਲ ਘਰੇ ਕੋਈ ਘਟਨਾ ਵਾਪਰ ਗਈ ਅੱਜ ਤੋਂ ਬਾਅਦ ਕਾਂਗੜ ਤੇ ਕਿੱਕੀ ਦੋਨੇ ਜ਼ਿੰਮੇਦਾਰ ਆ ਇਸ ਗੱਲ ਦੇ। ਚਾਹੇ ਮੇਰੇ ਬੇਟੇ ਨੂੰ ਮਾਰ ਜੇ ਕੋਈ, ਚਾਹੇ ਮੇਰੀ ਨੂੰਹ ਨੂੰ, ਚਾਹੇ ਮੈਨੂੰ, ਮੇਰੇ ਪਰਿਵਾਰ 'ਚੋਂ ਕੋਈ ਵੀ ਜੀ ਮਰ ਜੇ, ਇਹ ਜ਼ਿੰਮੇਦਾਰ ਆ ਮੇਰੀ ਨਹੀਂ, ਸਰਕਾਰ ਨੇ ਫੜੀ ਬਾਂਹ। ਮੈਂ ਕੈਪਟਨ ਤੱਕ ਵੀ ਪਹੁੰਚ ਗਈ ਹਾਂ ਪਰ ਉੱਥੋਂ ਕੈਪਟਨ ਨੇ ਕਿਹਾ ਸੀ ਵੀ ਤੁਰੰਤ ਕੀਤੀ ਜਾਵੇ ਕਾਰਵਾਈ, ਉੱਥੇ ਜਾ ਕੇ ਦੱਬ ਜਾਂਦੀ ਹੈ। ਮੈਨੂੰ ਨਹੀਂ ਪਤਾ ਵੀ ਕਿਹੜਾ ਸਿਆਸੀ ਬੰਦੇ ਦਾ ਐਡੇ ਦਾ ਹੱਥ ਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਖਾਸ ਹੀ ਕਿੱਕੀ ਦੇ ਕਾਂਗੜਾ ਜੋ ਕੁਛ ਮੇਰੇ ਘਰੇ ਕਰਾਉਣ ਵਾਲੇ ਇਹ ਦੋਨੇ ਜਾਣੇ ਹੈ। ਜੋ ਇਹਨਾਂ ਨੇ ਮੈਨੂੰ ਕੀਤਾ ਠੀਕ ਹੈ, ਮੈਨੂੰ ਨਹੀਂ ਪਤਾ ਇਹ ਕਿਹੜੇ ਅਫਸਰ ਨੂੰ ਬਚਾਉਂਦੇ ਸੀ ਵੀ ਕਿਹਦੀ ਖਾਤਰ ਇਹਨਾਂ ਨੇ ਸਾਨੂੰ ਇੰਨਾ ਉਹਨੂੰ ਜਲੀਲ ਕਰਕੇ ਉਸ ਬੰਦੇ ਨੂੰ ਮਾਰਿਆ। ਜੇ ਤਾਂ ਕਿਸੇ MLA ਦਾ ਮੁੱਖ ਮੰਤਰੀ ਦਾ ਪੁੱਤ ਮਰ ਜੇ ਉਦੋਂ ਤਾਂ ਕਹਿ ਦਿੰਦੇ ਇਨਸਾਨ ਮਰ ਗਿਆ, ਜੇ ਕਿਸੇ ਗਰੀਬ ਦਾ ਮਰ ਗਿਆ ਕਹਿੰਦੇ ਸਿਰ ਦਾ ਪਸ਼ੂ ਮਰ ਗਿਆ। ਅੱਛਾ ਕੀ ਗੱਲ ਮੇਰੀ, ਕਿਉਂ ਨਹੀਂ ਸਰਕਾਰ ਨੇ ਮੇਰੀ ਬਾਂਹ ਫੜੀ? ਇੱਕ ਪਾਸੇ ਮੈਨੂੰ ਗੁਆ ਰੱਖਿਆ, ਮੈਨੂੰ ਧੱਕੇ ਨਾਲ ਗਵਾਈਆਂ ਦਵਾਈਆਂ ਮੈਥੋਂ ਘਰੋਂ ਚੱਕ ਕੇ ਮੇਰੇ ਬੰਦੇ ਨੂੰ ਜਲੀਲ ਕੀਤਾ, ਉਹਨੂੰ ਇੱਥੇ ਚੰਡੀਗੜ੍ਹ ਸਿੱਟਿਆ ਲਿਆ ਕੇ ਬਾਜੇ ਥਾਣੇ 'ਚ ਰੱਖਿਆ। ਅੱਜ ਸਰਕਾਰ ਨੇ ਮੇਰੀ ਬਾਂਹ ਕਿਉਂ ਨਹੀਂ ਫੜੀ? ਦੱਸੋ ਮੈਨੂੰ ਕਿਉਂ ਸਾਨੂੰ ਮਾਰਿਆ, ਇਹਨਾਂ ਤੋਂ ਕਿਉਂ ਸਾਨੂੰ ਮਰਵਾਇਆ? ਇਹਾਂ ਦੇ ਅਕਾਲੀਆਂ ਨੇ ਬੇਅਬਦੀ ਕਰਤੀ ਠੀਕ ਹੈ, ਇਹਨਾਂ ਤੋਂ ਫੜਿਆ ਕਿਉਂ ਨਹੀਂ ਗਿਆ? ਬੰਦਾ ਬੇਅਬਦੀ ਵਾਲਾ ਕਿਉਂ ਨਹੀਂ ਫੜਿਆ ਗਿਆ? 3 ਸਾਲ ਹੋ ਗਏ ਅਤੇ ਗਵਾਹ ਇਹਨਾਂ ਨੇ ਕਿਉਂ ਮਾਰਤੇ ਬਈ? ਇਹਨਾਂ ਨੇ ਕਿਉਂ ਮਰਵਾਇਆ ਗਵਾਹ? ਗਵਾਹ ਦੀਆਂ ਥਾਂ ਥਾਂ ਅਰਜ਼ੀਆਂ ਦਿੱਤੀਆਂ, ਮੈਂ ਉਹ ਚੱਕੀ ਫਿਰਦੀ ਹਾਂ। ਕੈਪਟਨ ਤੱਕ ਵੀ ਪਹੁੰਚਿਆ, SSP ਤੱਕ, ਕਿਹੜੇ ਤੱਕ ਨਹੀਂ ਉਹਨੇ ਕਿਹਦਾ ਕੁੰਡਾ ਨਹੀਂ ਖੜਕਾਇਆ ਜਾ ਕੇ? ਨਾਲੇ ਅੱਜ ਮੈਂ ਨਹੀਂ ਖੜਕਾਉਂਦੀ ਫਿਰਦੀ, ਮੈਂ ਅੱਜ ਰੋਲਦੀ ਫਿਰਦੀ ਹਾਂ। ਕੀ ਗੱਲ, MLA ਦੀਆਂ ਤਾਂ ਮੰਤਰੀ ਦੀ ਜਨਾਨੀ ਨਹੀਂ ਰੋ ਸਕਦੀ, ਮੈਂ ਰੋਲਦੀ ਫਿਰਦੀ ਥਾਣਿਆਂ 'ਚ, ਕਦੇ ਮੈਂ ਕਚਹਿਰੀਆਂ 'ਚ ਜਾਂਦੀ ਹਾਂ। ਕਰਲੇ 'ਚ ਕਿੱਕੀ ਕਿਉਂ ਉਹਨਾਂ ਦੀਆਂ ਜਮਾਨਤਾਂ ਕਰਾਉਂਦਾ ਫਿਰਦਾ? ਦੱਸੋ ਇਹਨੂੰ ਕੀ ਲੱਭਦਾ? ਕਿਉਂ ਨਹੀਂ ਪਰਚਾ ਹੋਣ ਦਿੱਤਾ? ਨਾ ਇਹਨਾਂ ਨੇ ਬਿਜਲੀ ਵਾਲਿਆਂ 'ਤੇ, ਨਾ ਇਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ, ਨਾ ਆਪਦੇ 'ਤੇ, ਇਹਨਾਂ 'ਤੇ ਹੋਣਾ ਹੀ ਕਾਹਦਾ ਸੀ? ਪਰ ਮੇਰੀ ਸਰਕਾਰ ਨੂੰ ਇਹ ਹੀ ਮੰਗ ਆ ਵੀ ਜੇ ਮੇਰੇ ਘਰੇ ਕੋਈ ਘਟਨਾ ਵਾਪਰ ਗਈ, ਚੱਲ ਠੀਕ ਆ ਉਹ ਤਾਂ ਮੁੱਕ ਗਿਆ, ਉਹਦਾ ਤਾਂ ਕਿਸੇ ਨੇ ਨਹੀਂ, ਕਿਸੇ ਨੂੰ ਨਹੀਂ ਸੋਗ ਭੋਰਾ ਵੀ, ਅਤੇ ਪਰ ਮੈਂ ਨਹੀਂ ਵੀ ਜੇ ਹੁਣ ਮੈਂ ਜਨਤਾ ਤੱਕ ਇਹੀ ਗੱਲ ਪਹੁੰਚਾਉਣੀ, ਜੇ ਮੇਰੇ ਘਰ ਦੇ ਕਿਸੇ ਜੀ ਨੂੰ ਕੋਈ ਹੋ ਗਈ ਕਿ ਕਿਹਦੇ ਕਾਂਗੜ ਜ਼ਿੰਮੇਦਾਰ ਹੈ, ਕੋਈ ਮੇਰੇ ਰਾਤ ਨੂੰ ਅਜੇ ਮੈਨੂੰ ਰਾਹ 'ਚ ਜਾਂਦੀ ਨੂੰ ਕੋਈ ਮਾਰਦੇ, ਜਦੋਂ ਮੈਨੂੰ ਇੱਥੋਂ ਤੱਕ ਤਾਂ ਵੜਨ ਹੀ ਨਹੀਂ ਦਿੰਦੇ, ਦੱਸੋ ਵੀ ਮੈਨੂੰ ਕਿਉਂ ਨਹੀਂ ਵੜਨ ਦਿੰਦੇ? ਮੇਰੇ ਕੋਲ ਫੀਮ ਸੀ ਕਿ ਚਿੱਟਾ ਲਈ ਫਿਰਦੀ ਸੀ ਮੈਂ?
ਜਿਹੜਾ ਮੈਨੂੰ ਇਹ ਆਪਦੇ ਜਾਣੇ ਮੇਰੇ ਮਗਰ ਮਗਰ ਪੁਲਿਸ ਲਾਈ ਹੈ, ਦੱਸੋ ਮੇਰੇ ਕੋਲ ਕੀ ਸੀ? ਅੱਛਾ ਇਹ ਐਮ ਐਲ ਏ ਆਪਦੀਆਂ ਘਰ ਦੀਆਂ ਵੋਟਾਂ ਨਾ ਬਣ ਗਏ? ਜੇ ਮੇਰੇ ਵਰਗੇ ਜਨਤਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਤਾਂ ਇਹ ਬਣੇ। ਅੱਛਾ ਫਿਰ ਸਰਾਵਾਂ ਵਾਲਿਆਂ ਨੇ ਆਖਿਆ ਵੀ ਮੁੰਡਾ ਮਰ ਗਿਆ, ਉਹਨਾਂ ਦਾ ਗਵਾਹ ਬਣ ਗਿਆ, ਅੱਜ ਉਹ ਗਵਾਹ ਬਣ ਗਿਆ। ਪਹਿਲੀ ਗੱਲ ਤਾਂ ਉਹ ਬਾਹਰ ਬੈਠਾ ਸੀ, ਉਹਨੇ ਬਿਆਨ ਦਿੱਤਾ ਬੀਬੀ ਪੈਸਿਆਂ ਮਾਰੀ ਬੋਲਦੀ ਆ। ਬੀਬੀ ਪੈਸਿਆਂ ਮਾਰੀ ਨਹੀਂ ਬੋਲਦੀ, ਪੈਸਿਆਂ ਮਾਰੇ ਬੋਲਦੇ ਤੁਸੀਂ ਜਿੱਦਣ 10-10 ਕਰੋੜ ਰੁਪਈਆ ਲੈ ਕੇ ਸੁਖਬੀਰ ਬਾਦਲ ਤੋਂ ਲਾਸ਼ਾਂ ਛੜਕ ਜੋ ਫੇਰ ਚੱਕੀਆਂ ਸੀ ਉਹਨਾਂ ਨੇ। ਅਸੀਂ ਤਾਂ ਥਾਣਿਆਂ 'ਚ ਧੱਕੇ ਖਾ ਕੇ ਊਂ ਹੀ ਆ ਗਏ, ਛਿੱਤਰ ਖਾ ਕੇ ਪੁਲਿਸ ਦੇ। ਉਹਨਾਂ ਨੂੰ ਪੁੱਛੋ ਤੁਸੀਂ ਤਾਂ ਪੈਸੇ, ਅੱਜ ਤੁਹਾਨੂੰ ਪੈਸੇ ਦਿੱਤੇ ਤੁਸੀਂ, ਅੱਜ ਮੈਨੂੰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਮੈਂ 1 ਰੁਪਈਏ ਦੀ ਸਰਕਾਰ ਤੋਂ ਮੰਗ ਨਹੀਂ ਮੰਗਦੀ, ਨਾ ਮੈਂ ਲੈਣਾ ਗੰਦ ਕੀ ਖਾਊਂ ਜੇ ਮੈਂ ਸਰਕਾਰ ਤੋਂ ਪੈਸਾ ਲਊਂ ਤਾਂ, ਅਤੇ ਨਾ ਮੈਂ ਇਹ ਨੌਕਰੀ ਲੈਣੀ ਹੈ, ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਅਤੇ ਨਹੀਂ ਮੈਂ ਕਿੱਕੀ ਢਿੱਲੋਂ ਦੀ ਕੋਠੀ ਮੂਹਰੇ ਜਾ ਕੇ ਆਪਦੇ ਆਪ ਨੂੰ ਅੱਗ ਲਾਊਂਗੀ। ਇੱਥੋਂ ਤੱਕ ਹੈ, ਜੇ ਮੇਰੇ ਪਤੀ ਦਾ ਇਨਸਾਫ ਨਾ ਮਿਲਿਆ ਮੈਥੋਂ ਜੋ ਵੀ ਹੋਇਆ ਮੈਂ ਉਹ ਕਰੂੰਗੀ, ਮੈਂ ਪਿੱਛੇ ਹਟਣ ਵਾਲੀ ਨਹੀਂ। ਜਿਵੇਂ ਇਹਨਾਂ ਨੇ ਮੈਨੂੰ ਬਦਨਾਮ ਕਹਿੰਦੇ ਨਾ ਕਿ ਕੀ ਕਹਿੰਦਾ ਫਿਰਦਾ, ਬੀਬੀ ਪੈਸੇ ਮੰਗਦੀ ਆ, ਬੀਬੀ ਨਹੀਂ ਇਹੋ ਜਿਹੇ ਪੈਸੇ ਲੁਝਾਕਦੀ, ਬੀਬੀ ਨੇ ਕੁਰਬਾਨੀ ਕੀਤੀ ਹੈ, ਗਵਾਹੀ ਦਿੱਤੀ ਸੀ ਬੀਬੀ। ਐਂ ਨਹੀਂ ਉਹ ਹੋਰ ਹੀ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਚਿਰ ਲਾਛਾਂ ਨਹੀਂ ਚੱਕੀਆਂ ਸੀ, ਉਹ ਤਾਂ ਬਣਾਤੇ ਕਰੋੜਾਂਪਤੀ। ਉਹ ਪੈਸਾ ਕਿਹਦਾ ਸੀ? ਉਹ ਸੁਖਬੀਰ ਬਾਦਲ ਦਾ। ਅੱਜ ਮੋਰਨ ਸੁਖਬੀਰ ਦਾ ਬਾਦਲ ਦਾ ਪੈਸਾ, ਅਤੇ ਮੈਂ ਸੁਖਬੀਰ ਨੂੰ ਫਾਂਸੀ ਲਵਾਉਂਗੀ। ਮੋਰਨ ਕਿਉਂ ਫੜਿਆ ਸੁਖਬੀਰ ਤੋਂ ਪੈਸਾ ਇਹਨਾਂ ਨੇ? ਅੱਜ ਆਉਂਦੇ ਬੀਬੀ ਸੁਖਬੀਰ ਦੇ ਮਗਰ ਲੱਗ ਕੇ ਬੋਲਦੀ ਹੈ, ਮੈਨੂੰ ਸੁਖਬੀਰ ਦੇ, ਮੈਂ ਕਿਉਂ ਸੁਖਬੀਰ ਦੇ ਮਗਰ ਲੱਗ ਕੇ ਬੋਲੂੰਗੀ? ਮੈਂ ਆਪਦਾ ਜਦੋਂ ਮੇਰੇ ਘਰ ਦਾ ਨਿਚਕਾਣ ਹੋਇਆ ਮੈਂ ਆਪ ਬੋਲੂੰਗੀ। ਆਹ ਵੇਖੋ ਕਾਂਗੜਾਂ ਦਾ, ਮੈਂ ਆਹਦਾ ਹੈ ਨਹੀਂ ਗਾ ਸੀ। ਆਹ ਕਾਂਗੜ ਦੀਆਂ ਫੋਟੋ ਕਿੱਥੋਂ ਆ ਗਈਆਂ? ਆਹ ਅਖਬਾਰਾਂ 'ਚ ਧੰਨਵਾਦ ਕਾਂਗੜ ਦਾ ਕਿਵੇਂ ਕੀਤਾ ਗਿਆ, ਇਹਨਾਂ ਨੇ ਮੇਰੇ ਮੂੰਹ ਦੀ ਬਾਰ ਮੂੰਹ ਦੀ ਲੈਣ ਕਢਾਈ, ਕਿੱਦਣ ਦਾ ਇਹ ਮੈਨੂੰ ਜਲੀਲ ਕਰੀ ਜਾਂਦਾ? ਆਹ ਵੇਖੋ, ਆਹ ਵੇਖੋ, ਆਹ ਕਿੱਥੋਂ ਆ ਗਈਆਂ? ਹਜੇ ਕਹਿੰਦੇ ਅਸੀਂ ਤਾਂ ਜਾਣਦੇ ਹੀ ਨਹੀਂ, ਬੀਬੀ ਨੂੰ ਨਹੀਂ ਜਾਣਦੇ ਅਸੀਂ ਤਾਂ ਕਿਸੇ ਨੂੰ। ਸਾਨੂੰ ਬਸ ਤੰਗ ਕਰਦੇ ਸੀ ਵੀ ਗਵਾਹੀ ਨਾ ਦਿਓ ਤੁਸੀਂ। ਇਹਨਾਂ ਨੇ ਕਿਹਾ ਕਿ ਇੱਕ ਦਿਨ ਕਿੱਕੀ ਢਿੱਲੋਂ ਨੇ ਕਿਹਾ ਕਿ ਮੈਂ ਮਨਜਿੰਦਰ ਨੂੰ ਜਾਣਦਾ ਨਹੀਂ, ਦਿਸ ਇਜ਼ ਔਨ ਰਿਕਾਰਡ। ਇਹ ਆ ਮਨਜਿੰਦਰ ਦੀ ਫੋਟੋ ਜੀ, ਜਿਹੜਾ ਜਿਹਦੇ ਖਿਲਾਫ ਇਹ ਗੱਲ ਕਰਦੇ, ਆ ਕਿੱਕੀ ਢਿੱਲੋਂ ਦੀ ਫੋਟੋ। ਇਹਨੇ ਮੀਤ ਪ੍ਰਧਾਨ ਬਣਾਇਆ ਜੀ ਉਹਨੂੰ, ਮੀਤ ਪ੍ਰਧਾਨ ਉਹਨੂੰ ਬਣਾਇਆ। ਉਹਨਾਂ ਨੇ ਬੰਦੇ ਛੱਡੇ ਸੀ ਆਪਦੇ, ਆਪਦੇ ਮੇਰੇ ਸਾਹਮਣੇ ਨਹੀਂ ਆਏ, ਉਹਨਾਂ ਨੇ ਆਪ ਸਾਹਮਣੇ ਨਹੀਂ, ਉਹਨੇ ਦੂਜਿਆਂ ਦੇ ਮੋਢੇ ਜਿਹੜੇ ਬੰਦੇ ਛੱਡੇ ਸੀ, ਕਦੇ ਮੇਰੇ ਬਾਰ ਮੂਰ ਦੀ ਲੈਣ ਕਰਤੀ, ਕਦੇ ਮੇਰੇ ਘਰੇ। ਅੱਛਾ ਇੱਕ ਬੰਦਾ ਗਵਾਹ ਹੋਵੇ, ਮੁੱਖ ਪਿੰਡ ਦਾ ਸਰਪੰਚ ਹੋਵੇ, ਸਭ ਸੰਮਤੀ ਨਾਲ ਉਹ ਬੰਦਾ ਬਣਿਆ ਹੋਵੇ, ਉਹਦੇ ਘਰੇ 3-3 ਬਿਜਲੀ ਵਾਲੇ ਦਾ 3-3 ਘੰਟੇ ਦੱਸੋ ਕੀ ਕੰਮ ਹੈ? ਸਾਰੇ ਮੇਰੇ ਘਰ ਦੀ ਜਾ ਕੇ ਵੇਖੋ ਭੰਨ ਤੋੜ ਕੀਤੀ ਪਈ ਹੈ, ਕਿਉਂ 3 ਘੰਟੇ ਮੈਨੂੰ ਜਲੀਲ ਕੀਤਾ ਉਹਨਾਂ ਨੇ? ਮੇਰਾ ਮੀਟਰ ਖੰਭੇ ਤੇ ਲੱਗਿਆ ਲੈ ਜਾਂਦੇ ਪੱਟ ਕੇ, ਫਿਰ ਕਿੱਕੀ ਨੇ ਮੇਰੇ ਪੈਸੇ ਕਿਉਂ ਭਰੇ? ਇਹ ਆਪਦੇ ਹੋਰ ਬੰਦੇ ਭੇਜਦੇ ਸੀਗੇ ਜੀ, ਅਣਛਪਾਤੇ ਬੰਦੇ ਭੇਜਦੇ ਸੀ, ਪੈਸੇ ਲੈ ਲਓ ਤੇ ਗਵਾਹੀ ਤੋਂ ਮੁੱਕਰ ਜਾਓ। ਹੁਣ ਗੁਰਪ੍ਰੀਤ ਸਿੰਘ ਕਾਂਗੜ ਕਹਿੰਦੇ ਮੈਂ ਮਨਜਿੰਦਰ ਬਿੱਟੇ ਨੂੰ ਜਾਣਦਾ ਨਹੀਂ, ਆਹ ਮਨਜਿੰਦਰ ਬਿੱਟੇ ਵੱਲੋਂ ਬਕਾਇਦਾ ਜੋ ਸਾਡੇ ਘਰ ਅੱਗੇ ਦੀ ਲਾਈਨ ਕੱਢੀ ਗਈ 11,000 ਵੋਲਟ ਦੀ, ਉਹਦਾ ਅਖਬਾਰ ਦੇ ਵਿੱਚ ਧੰਨਵਾਦ ਕੀਤਾ ਗਿਆ ਜੀ। ਕਿੱਕੀ ਢਿੱਲੋਂ ਦਾ ਤੇ ਕਾਂਗੜ ਦਾ ਧੰਨਵਾਦ ਕਰ ਰਿਹਾ ਉਹ? ਫਿਰ ਮੈਂ ਤਾਂ ਝੂਠ ਮਾਰਦੀ ਆ, ਨਹੀਂ ਨਹੀਂ ਮੈਂ ਤਾਂ ਝੂਠ ਮਾਰਤਾ, ਤੇ ਜਿਹੜੀਆਂ ਸਰਪੰਚ ਸਾਹਿਬ ਦੀਆਂ ਚਿੱਠੀਆਂ ਥਾਂ ਥਾਂ ਤੇ ਉਹਨੇ ਦਿੱਤੀਆਂ, ਜੱਜ ਸਾਹਿਬ ਨੂੰ ਪੁੱਛੋ ਜਾ ਕੇ। ਮੰਨ ਲਓ ਜੇ 15 ਦਿਨ ਪਹਿਲਾਂ ਜੱਜ ਸਾਹਿਬ ਨਾਲ ਉਹਨੇ ਗੱਲ ਕੀਤੀ ਵੀ ਜੱਜ ਸਾਹਿਬ ਮੈਨੂੰ ਬਹੁਤ ਤੰਗ ਕਰ ਰਹੇ, ਮੈਨੂੰ ਬਹੁਤ ਪਰੇਸ਼ਾਨ, ਚਲੋ ਇੱਥੇ ਚੰਡੀਗੜ੍ਹ 'ਚ ਚਲੋ ਥੋੜੀ ਜੱਜ ਨਾਲ ਗੱਲ ਕਰਾਵਾਂ। 15 ਤਰੀਕ ਨੂੰ ਉਹਨਾਂ ਦੀ ਮੌਤ ਹੁੰਦੀ ਹੈ, 30 ਤਰੀਕ ਨੂੰ ਸਾਡੇ ਖਾਤੇ ਦੇ ਵਿੱਚ ਕੋਈ ਪੈਸੇ ਭਰਦਾ ਜੀ। ਕਿਉਂ ਭਰੇ ਸਾਨੂੰ, ਕਿਉਂ ਚੋਰ ਬਣਾਉਂਦੇ ਇਹ? ਅਸੀਂ ਹਾਲਾਂਕਿ ਨਾ ਸਾਡਾ ਬਿਜਲੀ ਨਾਲ ਕੋਈ ਲੈਣ ਦੇਣ ਦਾ ਕਨੈਕਸ਼ਨ ਹੈ ਨਹੀਂ, ਅਸੀਂ ਚੋਰ ਨਹੀਂ, ਕਿਸੇ ਨੇ ਸਾਡੇ ਖਾਤੇ ਦੇ ਵਿੱਚ ਪੈਸੇ ਪਾਏ ਜੀ, 20,556 ਰੁਪਏ ਭਰੇ ਗਏ ਆ ਜੀ। ਕਿਉਂ ਭਰੇ ਇਹ ਕਿਸੇ ਨੇ? ਜਦੋਂ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੋਂ ਪੁੱਛਿਆ ਜੀ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਤੁਹਾਡੇ ਪੈਸੇ ਕੌਣ ਭਰ ਗਿਆ ਜੀ।
ਫਿਰ ਮੈਂ ਉਹਨਾਂ ਤੇ ਕਾਰਵਾਈ ਕੀਤੀ ਬਿਜਲੀ ਵਾਲਿਆਂ ਤੇ। ਪੁਲਿਸ ਦੋ ਪੁਲਿਸ ਮੁਲਾਜ਼ਮ ਸੀ, ਕਿਉਂ ਇਹਨਾਂ ਨੇ ਕਿਉਂ ਕੀ ਗੱਲ, ਜਿਹੜੇ ਪਿੰਡ ਦੇ ਤਿੰਨ ਲੋਕਲ ਉਹ ਬੰਦੇ ਪਾਸੇ ਵਿੱਚ, ਇਹ ਕਿਉਂ ਕੱਢੇ ਗਏ? ਇਹਨਾਂ ਨੂੰ ਪੁੱਛੋ ਪਰਚੇ 'ਚ, ਚਾਹੇ ਪੁਲਿਸ ਨੂੰ ਪੁੱਛੋ, ਚਾਹੇ ਇਹਨਾਂ ਨੂੰ ਪੁੱਛੋ, ਉਹ ਬੰਦੇ ਵੀ ਕਿਉਂ? ਉਹ ਅਫਸਰ ਕਰਕੇ ਤਾਂ ਕੱਢੇ ਗਏ, ਲੋਕਲ ਬੰਦੇ ਪਾਤੇ? ਉਹ ਸਾਡੇ ਪਿੰਡ ਦਾ ਲੋਕਲ ਬੰਦਾ, ਕਿੱਕੀ ਦਾ ਖਾਸ ਬੰਦਾ, ਜਿਹਨੂੰ ਇਹਨੇ ਮੀਤ ਪ੍ਰਧਾਨ ਬਣਾਇਆ ਜਾਟਮਾ ਸਭਾ ਦੇ, ਫੋਟੋ ਵਿਖਾ ਰਹੇ, ਜਿਹਨੇ ਫਾਇਰਿੰਗ ਦੀ ਗੱਲ ਕੀਤੇ ਕਰਦੇ ਆ, ਤੇ ਦੋ ਵਾਰੀ ਮੇਰੇ ਘਰ ਤੇ ਫਾਇਰਿੰਗ ਹੋਈ। ਆ ਕਾਂਗਰਸ ਦਾ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ ਜੀ, ਆਹ ਹੁਣ ਕਾਂਗਰਸ ਨੇ ਟਿਕਟ, ਉਹਦੇ ਕਾਂਗਰਸ ਨੇ ਟਿਕਟ ਦਿੱਤੀ, ਉਹਦੇ ਨਾਲ ਹੀ ਖਲੋਤਾ, ਫਿਰ ਉਹਦੀ ਆ ਬੋਰਡ 'ਚ ਫੋਟੋ, ਕਿੱਕੀ ਨਾਲ ਵੀ ਫੋਟੋ ਸੀ, ਆਹ ਬੋਰਡ 'ਚ ਫੋਟੋ ਕਿੱਕੀ ਢਿੱਲੋਂ ਨਾਲ ਕਾਂਗਰਸ ਦੀ, ਆਹ ਕਿੱਕੀ, ਆ ਇੱਥੇ ਮਨਜਿੰਦਰ। ਫਿਰ ਉਹ ਕਹਿੰਦਾ ਮੈਂ ਜਾਣਦਾ ਨਹੀਂ ਮੀਤ ਪ੍ਰਧਾਨ ਉਹਨੂੰ ਬਣਾਇਆ, ਫਿਰ ਕਹਿ ਦਿੰਦੇ ਮੈਂ ਜਾਣਦਾ ਨਹੀਂ ਵਿਦ ਪ੍ਰੂਫ। ਦੇਖੋ ਇੱਕ ਸਧਾਰਨ ਪੇਂਡੂ ਬੰਦੇ ਇੰਨਾ ਕੁਝ ਚੁੱਕੀ ਫਿਰਦੇ ਆ। ਅਸੀਂ ਗਰੀਬ ਬੰਦੇ ਸੀ, ਅਸੀਂ ਆਪਦੀ ਰੋਟੀ ਕਰਕੇ ਖਾਣ ਵਾਲੇ ਸੀ, ਜਿਹੜਾ ਇਹਨਾਂ ਨੇ ਸਾਨੂੰ ਰੋਲ ਤਾ। ਅੱਜ ਜਸਵੀਰ ਕੌਰ ਜੀ ਇੱਕ ਸਵਾਲ, ਜਦੋਂ ਸੁਖਜੀਤ ਸਿੰਘ ਦੀ ਮੌਤ ਹੋਈ ਹੈ, ਉਸ ਤੋਂ ਪਹਿਲਾਂ ਕਦੇ ਉਹਨਾਂ ਨੇ ਕਿਸੇ ਅਫਸਰ ਦਾ ਤੁਹਾਡੇ ਨਾਲ ਨਾਮ ਜ਼ਿਕਰ ਕੀਤਾ ਪਰਿਵਾਰ ਦੇ ਵਿੱਚ, ਜਦੋਂ ਜਿਹੜੀ ਉਹਨਾਂ ਨੇ ਗਵਾਹੀ ਦੇਣੀ? ਹਾਂਜੀ, ਉਹਨਾਂ ਦੇ ਸਾਰੀਆਂ ਦਰਖਾਸਤਾਂ ਪਈਆਂ, ਉਹ ਆਪ ਦੇ ਕੇ ਮੁੱਖ ਮੰਤਰੀ ਤੱਕ, DI ਤੱਕ, SSP ਤੱਕ, ਸਭ ਉਹਨਾਂ ਦੀਆਂ ਦਰਖਾਸਤਾਂ ਮੈਂ ਤਾਂ ਉਹੀ ਚੱਕੀਆਂ। ਉਹਨਾਂ ਦਾ ਮੁੱਦਾ ਮੈਨੂੰ ਤਾਂ ਉਹ ਕਹਿ ਕੇ ਗਿਆ ਸੀ, ਮੈਨੂੰ ਉਹਨੇ ਮਰਨ ਤੋਂ ਪਹਿਲਾਂ ਫੜਾ ਤੇ ਕਾਗਜ਼, ਵੀ ਆਹ ਮੇਰੇ ਕਾਗਜ਼ ਪਏ ਤੇ ਤੂੰ ਮੇਰਾ ਮੁੱਦਾ ਚੱਕ ਲਈ, ਵੀ ਤੂੰ ਇਸੇ ਦੇ ਕਿੱਕੀ ਢਿੱਲ ਦੇ ਕਾਂਗਰ ਦਾ ਹੀ ਹੈ। ਇਹਨਾਂ ਨੇ ਕੀਤਾ ਪਰੇਸ਼ਾਨ ਸਾਨੂੰ, ਹੋਰ ਕਿਸੇ ਨੇ ਨਹੀਂ। ਸਾਨੂੰ ਕੋਈ ਜਾ ਕੇ ਜਾ ਮੈਂ ਆਖਾਂ ਵੀ ਸਾਨੂੰ ਸਰਕਾਰ ਕੋਈ ਹੋਰ ਕਰੇ, ਰਾਣਾ ਸੋਢੀ ਕਰਿਆ ਜਾਂ ਸਾਨੂੰ ਕੈਪਟਨ ਕਰਿਆ ਜਾਂ ਸਾਨੂੰ ਸੁਖਬੀਰ ਕੇ ਕਰਿਆ ਹੈ? ਨਹੀਂ, ਸਾਡੀ ਤਾਂ ਗੁਰੂ ਮਹਾਰਾਜ ਦੇ ਸੀ, ਅਸੀਂ ਤਾਂ ਉਹਦੇ ਚ ਗੋਲੀਕਾਂਡ ਹੋਇਆ, ਗੋਲੀਕਾਂਡ ਦੇ ਗਵਾਹ ਸੀਗੇ, ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸੀਗੀ ਜੀ ਉਹਨਾਂ ਦੀ ਗਵਾਹੀ ਜੀ, ਜਿਹੜਾ ਉੱਥੇ ਗੋਲੀਕਾਂਡ ਦੇ ਵਿੱਚ ਜਿਹੜਾ ਕੋਈ ਵਾਪਰਿਆ ਸੀਗਾ ਜੀ, ਉਹ ਗਵਾਹੀ ਸੀਗੀ ਸਾਡੀ। ਫਿਰ ਕਿੱਕੀ ਢਿੱਲੋਂ ਨੂੰ ਕੀ ਲੋੜ ਸੀ ਬੰਦੇ ਲਿਆ ਲਿਆ ਕੇ ਇੱਥੇ ਗਵਾਹਾਂ ਨੂੰ? ਪਹਿਲਾਂ ਗਵਾਹ ਕਿੱਥੇ ਗਏ ਸੀ? ਉਹ 3 ਸਾਲ ਹੋ ਗਏ ਪਹਿਲਾਂ ਨਾ ਗਵਾਹ ਕੋਈ ਪੇਸ਼ ਹੈ, ਕਿੱਕੀ ਢਿੱਲੋਂ ਨੇ ਕਿਉਂ ਲਿਆ ਕੇ ਇੱਥੇ ਕੀਤੇ ਪੇਸ਼? ਜੀ ਬੀਬੀ ਤਾਂ ਪੈਸਿਆਂ ਮਾਰੀ ਫਿਰਦੀ ਆ, ਬੀਬੀ ਦਾ ਸੁਖਬੀਰ ਮਗਰ ਲੱਗ ਗਈ, ਬੀਬੀ ਤੋਲਣ ਵਾਲੀ ਬੁੜੀ ਨੀ, ਤੂੰ ਵੀ ਪਹਿਲਾਂ ਸੁਖਬੀਰ ਦਾ ਬੰਦਾ ਹੀ ਸੀ, ਜੇ ਤੂੰ ਤੀਜੇ ਦਿਨ ਦਲ ਬਦਲਦਾ ਬੀਬੀ ਨੀ ਬਦਲਦੀ, ਬੀਬੀ ਇੱਕ ਸਟੈਂਡ ਤੇ ਖੜੂਗੀ। ਨਹੀਂ, ਮੈਂ ਬੇਨਤੀ ਕਰਾਂ ਜੀ, ਦੇਖੋ ਮੁੱਖ ਦੀ ਗੱਲ ਕੀ ਹੈ, ਹਰ ਹਸਬੈਂਡ ਹੈਜ਼ ਡਾਈਡ, ਸੁਰਜੀਤ ਸਿੰਘ ਹੈਜ਼ ਡਾਈਡ, ਹੀ ਇਜ਼ ਦਾ ਮੁੱਖ ਗਵਾਹ, ਔਰ ਉਹਦੇ ਤੇ ਮੈਂਟਲੀ ਜਦੋਂ ਗਵਾਹ ਬਣ ਗਿਆ ਉਹਦੀ ਮੈਂਟਲ ਹੈਰਸਮੈਂਟ ਸ਼ੁਰੂ ਹੋ ਗਈ, ਕਿ ਕਿਵੇਂ ਨਾ ਕਿਵੇਂ ਹਰ ਤਰੀਕੇ ਨਾਲ ਦੋ ਵਾਰੀ ਘਰ ਦੇ ਬਾਹਰ ਫਾਇਰਿੰਗ ਹੁੰਦੀ ਆ, ਇਹ ਥਾਣੇ ਜਾਂਦੇ ਆ, ਰਿਪੋਰਟ ਦਰਜ ਕਰਾਉਂਦੇ ਆ, ਕੋਈ ਸੁਣਦਾ ਨਹੀਂ, ਮੈਂਟਲ ਟੋਰਚਰ। ਫਿਰ ਇਹਨਾਂ ਤੇ ਬਿਜਲੀ ਚੋਰੀ ਦੀ ਰੇਡ ਹੁੰਦੀ ਹੈ, ਸਾਰਾ ਘਰ ਪੱਟ ਮਾਰਦੇ ਆ, ਇਹ ਕੁਛ ਨਹੀਂ ਲੱਭਦਾ। ਇਹ ਆ ਤੁਹਾਨੂੰ ਇਹਨਾਂ ਨੇ ਆ ਉਹ ਦਿਖਾਇਆ ਕਿ 20,000 ਰੁਪਈਆ ਨੇ ਜਮ੍ਹਾਂ ਕਰਾਇਆ, ਕਹਿੰਦੇ ਅਸੀਂ ਜਮ੍ਹਾਂ ਹੀ ਨਹੀਂ ਕਰਾਇਆ, ਮਤਲਬ ਇਹ ਲੜੇ। ਅੱਛਾ, ਇਹਨਾਂ ਨੇ ਵੀਡੀਓ ਬਣਾਈ ਜਦੋਂ ਬਿਜਲੀ ਵਾਲੇ ਆਏ, ਮਕਸਦ ਫਿਰ ਸੀ ਮੈਂਟਲ ਟੋਰਚਰ, ਮੈਂਟਲ ਹੈਰਸਮੈਂਟ, ਕਿ ਗਵਾਹੀ ਨਹੀਂ ਦੇਣੀ। ਇਹਨਾਂ ਨੇ ਵਜ਼ੀਰ ਕਾਂਗੜ ਸੀ ਜਿਹੜਾ ਇਹ ਬੰਦਾ ਕਿੱਕੀ ਢਿੱਲੋਂ, ਕਿਉਂਕਿ ਇਸ ਕੰਮ 'ਚ ਬੜੇ ਐਕਟਿਵ ਰਹੇ ਆ, ਉਹਨਾਂ ਕੋਲ ਵੀ ਪਹੁੰਚ ਕੀਤੀ, ਕੋਈ ਸੁਣਵਾਈ ਨਹੀਂ। ਉਹਨਾਂ ਦਾ ਮੇਨ ਬੰਦਾ, ਜਿਵੇਂ ਹਰ ਪਿੰਡ 'ਚ ਇਹ ਪਤਾ ਹੀ ਹੁੰਦਾ ਫਲਾਣਾ ਬੜਾ ਅਗਾਂਹ ਵਧੂ ਕਾਂਗਰਸੀ ਹੈ ਅਤੇ ਫਲਾਣੇ ਫਲਾਣੇ ਦੇ ਨੇੜੇ ਹੈ, ਮਨਜਿੰਦਰ ਉਹ ਬੰਦਾ ਹੈ ਜਿਹੜਾ ਇਹਨਾਂ ਨੂੰ ਅਪਰੋਚ ਕਰਦਾ ਸੀ ਕਿ ਤੁਸੀਂ ਕਿੱਕੀ ਢਿੱਲੋਂ ਦੇ ਆਖੇ, ਕਾਂਗੜ ਦੇ ਆਖੇ, ਇਹ ਕੰਮ ਤੋਂ ਪਿੱਛੇ ਹਟ ਜਾਓ, ਪੁਲਿਸ ਵਾਲਿਆਂ ਖਿਲਾਫ਼ ਗਵਾਹੀ ਮਤ ਦਿਓ। ਔਰ ਇਹ ਪਰੇਸ਼ਾਨੀ ਜਦ ਸੁਰਜੀਤ ਸਿੰਘ, ਕਿਉਂਕਿ ਪਿੰਡ ਦਾ ਸਾਰੇ ਦਾ ਫੈਸਲਾ ਸੀ, ਨਹੀਂ ਪਿੱਛੇ ਹਟੇ,
ਤੇ ਉਹਨਾਂ ਨੂੰ ਫਿਰ ਵੇਖਿਆ ਕਿ ਇਹ ਸਿੱਧੇ ਰਸਤੇ ਤਾਂ ਮੰਨਦਾ ਨਹੀਂ, ਹੁਣ ਇਹਨਾਂ ਦੀ ਘੇਰਾਬੰਦੀ ਸ਼ੁਰੂ ਕਰੋ, ਹੈਰਸ ਕਰਨਾ ਸ਼ੁਰੂ ਕਰੋ। ਔਰ ਉਹ ਦਿਮਾਗੀ ਬੋਝ, ਟੈਨਸ਼ਨ, ਉਹ ਹਾਲਾਤ ਬਣਾਤੇ ਅਗਲੇ ਦੇ ਕਿ ਇੱਕ ਤੰਦਰੁਸਤ ਬੰਦਾ ਇੱਕਦਮ ਹੀ ਰੱਬ ਨੂੰ ਪਿਆਰਾ ਹੋ ਗਿਆ। ਹੁਣ ਬੀਬੀ ਨੇ ਇਹ ਰੌਲਾ ਪਾਇਆ, ਲਿਖਤੀ ਸ਼ਿਕਾਇਤ ਦਿੱਤੀ ਥਾਣੇ 'ਚ। ਕਾਨੂੰਨ ਤਾਂ ਬਰਾਬਰ ਹੈ ਨਾ, ਕੋਈ ਲਿਖਤੀ ਸ਼ਿਕਾਇਤ ਆਵੇ, ਕੋਈ ਬੰਦਾ ਮਰ ਗਿਆ ਹੋਵੇ ਤੇ ਪੁਲਿਸ ਨਾਮਜ਼ਦ ਕਰ ਦਿੰਦੀ ਆ ਉਹਨਾਂ ਲੋਕਾਂ ਨੂੰ। ਕੀ ਕਿੱਕੀ ਢਿੱਲੋਂ ਤੇ ਕਾਂਗੜ ਅਬਵ ਦੀ ਲੋ ਹੋ ਗਏ। ਬਹਿਬਲ ਕਲਾਂ ਗੋਲੀ ਕਾਂਡ ਦੇ ਮਸਲੇ 'ਚ ਜੋ ਅਫਸਰਾਂ ਦੀ ਮਦਦ ਕਰਨ ਲੱਗ ਗਏ ਕਾਂਗਰਸੀ, ਉਹ ਅਬਵ ਐਵਰੀਥਿੰਗ ਹੋ ਗਏ। ਅੱਜ ਕਈਆਂ ਨੂੰ ਜਵਾਬ ਦੇਣਾ ਪੈਣਾ। ਫਿਰ ਬੀਬੀ ਨੇ ਜੇ ਬੋਲਣਾ ਹੈ, ਜੇ ਵਿਧਾਨ ਸਭਾ ਆਉਣਾ ਹੈ, ਜੇ ਇਹ ਕਾਂਗਰਸ ਦੀ ਇਹਨਾਂ ਸੰਪਰਕ 'ਚ ਪਹਿਲਾਂ ਇਹ ਕਾਂਗਰਸ ਦੀ ਰਹੇ ਆ ਤੇ ਉਹ ਲੈ ਆਉਂਦੇ। ਜੇ ਬਾਕੀ ਦੇ ਗਵਾਹਾਂ ਦੀ ਗੱਲ ਕਰ ਗਏ ਤੇ ਇਹਨਾਂ ਨੂੰ ਵਿੱਚੋਂ ਕਿਉਂ ਨਹੀਂ, ਇਹਨਾਂ ਦੀ ਨੁਕਸਾਨ ਤਾਂ ਇਹਨਾਂ ਦਾ ਹੋਇਆ। ਸੁਰਜੀਤ ਸਿੰਘ ਦਾ ਰੌਲਾ ਮਸਲਾ ਹੀ ਸਾਰਾ ਸੁਰਜੀਤ ਸਿੰਘ ਦੀ ਡੈਥ ਤੋਂ ਸ਼ੁਰੂ ਹੁੰਦਾ। ਇਹਨਾਂ ਨੂੰ ਫੇਰ ਪਿੰਡ ਦਾ ਮੁੱਖ ਬੰਦਾ ਹੋਵੇ, ਇਹਨਾਂ ਨੇ ਡਰਾਮਾ ਪਹਿਲਾਂ ਇਹਨਾਂ ਨੇ ਮੇਰੇ ਘਰੇ ਪਾ ਤੀ। ਚੱਲ ਅਸੀਂ ਆਖਿਆ ਮੀਟਰ ਲੈ ਜਾਓ ਪੱਟ ਕੇ, ਸਾਨੂੰ ਉਹਨਾਂ ਨੇ ਲੱਖ ਰੁਪਈਆ ਪਾਤਾ। ਅਸੀਂ ਮੰਨ ਲਿਆ ਵੀ ਚੱਲ ਭਰ ਦਾਂਗੇ, ਕੋਈ ਗੱਲ ਨਹੀਂ। ਅਸੀਂ ਉਹਨੂੰ ਸਮਝਾ ਲਿਆ ਵੀ ਤੂੰ ਬਹਿ ਜਾ, ਤੈਨੂੰ ਤੰਗ ਕਰਨਗੇ। ਮੈਂ ਉਹਨੂੰ ਇਹ ਵੀ ਗੱਲ ਕਹੀ ਵੀ ਤੈਨੂੰ ਮੈਂ ਉਦਣ ਕਿਹਾ ਸੀ ਵੀ ਗਵਾਹੀ ਨਾ ਦੇ, ਵੀ ਤੈਨੂੰ ਮੈਂ ਰੋਕਿਆ ਸੀ, ਤੈਨੂੰ ਮਹਿੰਗੀ ਪੈਣੀ ਹੈ ਗਵਾਹੀ ਇਹ। ਜਦੋਂ ਉਹਨੂੰ ਮੈਂ ਰੋਕਿਆ, ਜਦੋਂ ਇਹਨਾਂ ਨੇ ਫਿਰ 20 ਦਿਨ ਬਾਅਦ ਇਹਨਾਂ ਨੇ ਫਿਰ ਪਿੰਡ 'ਚ ਰੇਟ ਪੁਆਈ। ਪਿੰਡ 'ਚ ਇਹਨਾਂ ਨੇ ਮੇਨ ਘਰਾਂ ਦੇ ਮੀਟਰ ਫੜਵਾਏ, ਫੜਵਾ ਕੇ ਪਿੰਡ 'ਚ ਇਹ ਗੱਲ ਕਹੀ ਵੀ ਸੁਰਜੀਤ ਸਿੰਘ ਸਰਪੰਚ ਤੁਹਾਡੇ ਮੀਟਰ ਪਿੰਡ ਦੇ ਫੜਾਉਂਦਾ। ਇਸ ਬੰਦੇ ਨੂੰ ਉਹ ਸ਼ਰਮ ਦੇ ਨਾਲ ਟੈਨਸ਼ਨ ਲੈ ਕੇ ਉਹ ਬੰਦਾ ਮਰਿਆ। ਉਹ ਕਹਿੰਦਾ ਮੈਂ ਐਡੀ ਘਟੀਆ ਗੱਲ ਕੀਤੀ। ਅੱਛਾ, ਫਿਰ ਜਦੋਂ ਇਹਨਾਂ ਨੇ ਇਹ ਗੱਲ ਕੀਤੀ, ਫਿਰ ਇਹਨਾਂ ਨੇ ਪਵਾ ਕੇ ਰੇਟ ਜਿਹੜੇ ਆਪਦੇ ਬੰਦੇ ਸੀ ਉਹਨਾਂ ਦੇ ਮੀਟਰ ਨਾਲ ਦੀ ਨਾਲ ਪੈਸੇ ਭਰ ਭਰ ਕੇ ਛਡਵਾ ਤੇ। ਜਿਹੜੇ ਕੋਈ ਸਰਪੰਚ ਦੇ ਬੰਦੇ ਸੀ ਕਿਸੇ ਦਾ ਮੀਟਰ ਫੜਿਆ ਗਿਆ, ਉਹਦੇ ਉਹਨਾਂ ਨੂੰ ਲੱਖ ਲੱਖ, ਕਿਸੇ ਨੂੰ 50-50 ਹਜ਼ਾਰ ਰੁਪਈਆ ਪਾਤਾ। ਉਹ ਇਹਦੇ ਕੋਲ ਆਉਣ ਵੀ ਸਰਪੰਚ ਸਾਹਿਬ ਤੂੰ ਆਹ ਕੀ ਕਰਤਾ ਵੀ ਤੂੰ ਸਾਡੇ ਮੀਟਰ ਫੜਾਤੇ ਸੀ, ਤੇਰੇ ਖਾਸ ਬੰਦੇ। ਉਹ ਇਸ ਗੱਲ ਦੇ ਨਾਲ ਟੈਨਸ਼ਨ ਲੈ ਕੇ ਉਹ ਮਰਿਆ। ਊ ਨਹੀਂ ਉਹ ਬੰਦਾ ਮਰਨ ਵਾਲਾ ਸੀ, ਉਹ ਢਹਿਆ ਢਹਿਣ ਵਾਲਾ ਬੰਦਾ ਨਹੀਂ ਸੀ, ਉਹ ਐਡਾ ਦਲੇਰ ਬੰਦਾ ਸੀ। ਉਹਨੇ ਕਰੋੜਾਂ ਰੁਪਈਆ ਉਹਦੇ ਮਗਰ ਚੱਕੀ ਫਿਰਦੇ ਸੀ ਵੀ ਤੂੰ ਗਵਾਹੀ ਤੋਂ ਮੁੱਕਰ ਜਾ। ਉਹ ਆਉਂਦਾ ਸੀ ਗੁਰੂ ਮਹਾਰਾਜ ਦੀ ਗਵਾਹੀ ਹੈ, ਮੈਂ ਮੁੱਕਰਨਾ ਨਹੀਂ, ਮੈਂ ਠੋਕ ਕੇ ਜਿੱਥੇ ਗਵਾਹੀ ਦਿੱਤੀ ਠੋਕ ਕੇ ਹੀ ਦੇਊਂਗਾ। ਮਨਜੀਤ ਬਾਬਾ ਜਿਹੜਾ ਹਰ ਬੰਦਾ ਇਹਨਾਂ ਨੂੰ ਅਪਰੋਚ ਇਸ ਗੱਲ ਦੀ ਕਰ ਰਿਹਾ ਕਿ ਨਹੀਂ ਤੁਸੀਂ ਪਿੱਛੇ ਹਟੋ, ਜਦੇ ਬਾਰ ਬਾਰ ਹਰ ਪ੍ਰੂਫ ਦੇ ਰਿਹਾ। ਔਰ ਕਿੱਕੀ ਢਿੱਲੋਂ ਡਿਨਾਈ ਕਰਦਾ ਕਿ ਮੇਰਾ ਤਾਂ ਕੋਈ ਸੰਪਰਕ ਹੀ ਨਹੀਂ। ਕਾਂਗੜ ਸਾਹਿਬ ਡਿਨਾਈ ਕਰਦੇ, ਫਰੰਟਮੈਨ ਸੀਗੇ ਨਾ ਜੀ, ਦੇਵਤ ਫਰੰਟਮੈਨ। ਫਿਰ ਇਹ ਸਾਰੀਆਂ ਪੋਸਟਾਂ ਇਸ ਵਕਤ ਡਿਲੀਟ ਆਈ ਫੇਸਬੁੱਕ ਤੋਂ। ਅੱਛਾ, ਆਹ ਗੱਲ ਬੜੀ ਵਧੀਆ ਜੀ। ਜੇ ਉਹਨਾਂ ਨੂੰ ਫਿਕਰ ਕੋਈ ਨਹੀਂ ਸੀ ਤੇ ਇਹ ਫੇਸਬੁੱਕ ਤੋਂ ਹੁਣ ਡਿਲੀਟ ਕਿਉਂ ਕਰਤੀਆਂ? ਵਾਇਆ ਦੇ ਅੱਜ ਤੁਸੀਂ ਫੇਸਬੁੱਕ ਖੋਲ ਕੇ ਵੇਖ ਲਓ, ਤੁਹਾਨੂੰ ਇਹ ਫੋਟੋ ਨਹੀਂ ਲੱਭਣੀ। ਤੇਰੇ ਘਰ ਦੇ ਮੂਹਰ ਦੀ ਕੋਈ ਦਰਖਤ ਲੱਗੇ ਤੇਰੇ ਬਾਹਰ 'ਚ, ਉਹਦੇ ਵਿੱਚ ਦੀ ਆਪਾਂ ਲੈਣ ਕੱਢਾਂਗੇ। ਉਹਨਾਂ ਦੀ ਗਵਾਹੀ ਜਸਰ ਰਣਜੀਤ ਸਿੰਘ ਕੋਲ ਹੋਈ ਹੈ ਜੀ, ਸੈੱਟ ਕੋਲ ਹੋਈ ਹੈ ਤੇ ਜੋਰਾ ਸਿੰਘ ਕਮਿਸ਼ਨ ਕੋਲ ਹੋਈ ਹੈ ਜੀ। ਹਰ ਥਾਂ ਉਹਨਾਂ ਦੀ ਗਵਾਹੀ ਹੋਈ ਹੈ ਜੀ, ਹਰੇਕ ਥਾਂ ਬਿਆਨ ਕਲਮ ਬੰਦ ਹੋਏ ਹੈ ਜੀ। ਅੱਛਾ, ਜਦੋਂ ਦੇ ਬਾਹਰ ਮੂਹਰੇ ਇਹ ਨਹੀਂ ਪਤਾ ਜੀ ਸਾਨੂੰ ਬੇਅਦਬੀ ਕਿਹਨੇ ਕਰਾਈ ਹੈ, ਪਰ ਇਹ ਗਵਾਹ ਨੂੰ ਤਾਂ ਆਪ ਮਾਰ ਰਹੇ ਹਨ ਜੀ। ਗਵਾਹ ਨੂੰ ਤੁਹਾਨੂੰ ਮੌਕੇ ਦੀ ਸਰਕਾਰ ਮਰਵਾ ਰਹੀ ਹੈ। ਆਹ ਰੇਸ਼ਮ ਸਿੰਘ ਦਾ ਤੁਸੀਂ ਕੁਝ ਦਿਨ ਪਹਿਲਾਂ ਵੀਡੀਓ ਵੇਖਣਾ ਹੈ, ਕ੍ਰਿਸ਼ਨ ਭਗਵਾਨ ਦਾ ਜਿਹੜਾ ਭਰਾ ਹੈ ਜੀ, ਉਹ ਵੀ ਵਾਰ ਵਾਰ ਇਹ ਕਹਿ ਰਿਹਾ ਜੀ ਮੈਨੂੰ ਇਹਨਾਂ ਮੰਤਰੀਆਂ ਤੋਂ ਖਤਰਾ ਜੀ, ਬਾਜਵਾ ਦਾ ਨਾਂ ਲੈ ਲਿਆ ਕਿ ਉਹ ਵਾਰ ਵਾਰ ਉਹ ਕਹਿ ਰਿਹਾ ਜੀ, ਉਹਨੇ ਉਹਦੀ ਸ਼ਹਿਰ ਦੇ ਬੰਦੇ ਕੱਢੇ ਗਏ ਜੀ।
ਇਹ ਸਾਰਾ ਕੌਣ ਨਾ ਰਜਿਆ ਰਜਾਇਆ ਸਰਕਾਰ ਦੇ ਡਰਾਮਾ ਹੀ ਪੂਰਾ ਬਣਿਆ ਆਹ ਲੱਡੂ ਖਵਾਉਂਦੇ ਹੋਏ ਕਿੱਕੀ ਢਿੱਲੋ ਨੂੰ ਲੱਡੂ ਖਵਾਉਂਦੇ ਆਹ ਫੋਟੋ ਆ ਲੋ ਥੱਲੇ ਮਤਲਬ ਕਮਾਲ ਹੋ ਗਈ ਜੀ ਧੱਕੇਸ਼ਾਹੀ ਹੋਈ ਤੁਸੀਂ ਇੱਥੇ ਬੋਲੋ ਪਰ ਉਹਨਾਂ ਦੀ ਜਵਾਨ ਚੋਂ ਇੱਕ ਸ਼ਬਦ ਵੀ ਨਿਕਲੇ ਜੀ ਇਸ ਮਸਲੇ ਦੇ ਨਾ ਕੋਈ ਪਾਰਟੀ ਨੀ ਦੇਖੋ ਇੱਕ ਗੱਲ ਮੰਨ ਕੇ ਚਲੋ ਤੁਸੀਂ ਨਾ ਜੇ ਐ ਔ ਚ ਨਾ ਪਓ ਇੱਕ ਮੇਰੀ ਯਾਰ ਇਹ ਲਾਈਵ ਸਿਚੁਏਸ਼ਨ ਹੈ ਬੰਦੇ ਦੀ ਡੈਥ ਜਦੋਂ ਹੋਈ ਆ ਉਸ ਤੋਂ ਬਾਅਦ ਜਿਹੜੇ ਸਵਾਲ ਖੜੇ ਹੋਏ ਆ ਮੈਂ ਜੇ ਉਦੋਂ ਦੀ ਗੱਲ ਦਾ ਕੀ ਤੁਹਾਨੂੰ ਜਵਾਬ ਦੇ ਦਿਆਂ ਔਰ ਅੱਜ ਜੋ ਹੋ ਰਿਹਾ ਕਿਵੇਂ ਪੁਲਿਸ ਅਫਸਰਾਂ ਨੂੰ ਦੇਖੋ 11 ਨਾਮਜ਼ਦ ਹੋਏ ਸੀ ਜਦ ਇਹਨਾਂ ਨੇ ਪਹਿਲੀ ਗਵਾਹੀ ਚ ਉਹ ਸਾਰੇ ਉਹ ਚ 4 ਛੱਡੇ 7 ਕੱਢਤੇ 7 ਕਿਹਨੇ ਕੱਢੇ ਆ ਕਾਂਗਰਸ ਦੀ ਸਰਕਾਰ ਨੇ ਕੱਢੇ ਕੱਢੇ ਕਿਹੜੇ ਇੱਕ ਹੈ ਪੰਨੂ ਹਰਜਿੰਦਰ ਗਿੱਲ ਕੱਢਿਆ ਡੀਐਸਪੀ ਔਰ ਇੱਕ ਇੰਸਪੈਕਟਰ ਮਤਲਬ 6 ਟੋਟਲ 11 ਸੀ 4 ਰਹਿ ਗਏ ਕਿੰਨੇ 7 ਕੱਢਤੇ ਔਰ ਮੈਂ 7 ਦਾ ਨਾਮ ਤੁਹਾਨੂੰ ਹੁਣੇ ਦੇ ਦੇਣਾ ਆਈ ਵਿਲ ਗਿਵ ਯੂ 7 ਨੇ ਜਿਹੜੀ ਪਹਿਲੀ FIR ਹੋਈ ਹੈ ਉਹ 'ਚ 11 ਬੰਦਿਆਂ ਦੇ ਨਾਂ ਸੀ ਮੁੜ ਕੇ ਜਿਹੜਾ ਇਹਨਾਂ ਨੇ FIR ਕੀਤੀ ਉਹ 'ਚ 4 ਰਹਿ ਗਏ 7 ਕਿਹਨੇ ਕਢਾਏ ਸਰਕਾਰ ਦਾ ਕੋਈ ਮੰਤਰੀ ਕਢਾ ਰਿਹਾ ਨਾ ਸਰਕਾਰ ਕਢਾ ਰਹੀ ਹੈ ਹੋਰ ਤਾਂ ਕੋਈ ਕੱਢ ਹੀ ਨਹੀਂ ਸਕਦਾ ਫਿਰ ਬਿੱਟੇ ਦੇ ਪਰਚਾ ਹੋਏ ਨੂੰ ਵੀ ਪੂਰਾ 1.5 ਮਹੀਨਾ ਹੋ ਗਿਆ ਜੀ ਹਜੇ ਤੱਕ ਉਹਦੀ ਅਰੈਸਟ ਨਹੀਂ ਹੋਈ ਜੀ ਫੋਟੋਆਂ ਵਿਖਾਈਆਂ ਤੁਹਾਨੂੰ ਸਾਰੀਆਂ ਜਿਹੜੀ ਕਿੱਕੀ ਢਿੱਲੋਂ ਤੇ ਸਾਰਿਆਂ ਦਾ ਫੋਟੋ ਸਾਨੂੰ ਕਦੋਂ ਵੀ ਮਾਰ ਸਕਦਾ ਪੁਲਿਸ ਦਾ ਇਹੀ ਹੱਥ ਉਹਨੇ ਤਾਂ ਹੀ ਛੱਡਿਆ ਪੁਲਿਸ ਨੇ ਵੀ ਤੂੰ ਪੇਰ ਫੜਾਂਗੇ ਤੈਨੂੰ ਪਹਿਲੇ ਇੱਕ ਅੱਧਾ ਇਹਨਾਂ ਦਾ ਜੀਵ ਹੋਰ ਖਤਮ ਕਰਦੇ ਚਲੋ ਆ ਇੱਕ ਆ ਆਈ ਵੀ ਕੈਨ ਰੈਪ ਦਿਸ ਅਪ ਦੇਰ ਇਜ਼ ਅਨਦਰ ਇਨਸੀਡੈਂਟ ਦੈਟ ਹੈਜ਼ ਹੈਪਨਡ ਇਨ ਦਾ ਵਿਧਾਨ ਸਭਾ ਵਿੱਚ ਵੀ ਵਾਂਟ ਟੂ ਹਾਂਜੀ ਤੁਸੀਂ 2 ਮਿੰਟ ਇੱਧਰ ਆ ਜਾਓ ਪਿੱਛੇ ਆ ਮੁੱਦਾ ਇੱਕ ਹੋਰ ਹੈ ਇਹਨਾਂ ਨੇ ਹੋਰ ਵੀ ਸਵਾਲ ਜਵਾਬ ਮੈਂ ਉਹੀ ਆ ਰਿਹਾ ਜੀ ਆ ਟੀਨੂ ਜੀ ਆਪ ਹੀ ਦੱਸ ਰਹੇ ਇੱਧਰ ਆ ਜਾਓ ਕੁਰਸੀ ਤੇ ਬਿਠਾ ਲਓ ਮੈਂ ਬਿਠਾਉਣਾ ਜੀ ਆ ਜਾਓ ਬੀਬੀ ਜੀ ਤੁਸੀਂ ਇੱਧਰ ਆ ਜਾਓ ਮੇਰਾ ਖਿਆਲ ਤੁਸੀਂ ਸਾਰੇ ਹੀ ਉੱਥੇ ਹੋਣੇ ਆ ਜਿਨ੍ਹਾਂ ਨੇ ਦੇਖਿਆ ਅੰਦਰ ਇੰਸੀਡੈਂਟ ਸੁਣੋ ਜੀ ਕਿ ਵਿਧਾਨ ਸਭਾ 'ਚ ਵੈਸੇ ਤਾਂ ਕੱਲ੍ਹ ਹੀ ਜਦੋਂ ਅਸੀਂ ਵਿੱਤ ਮੰਤਰੀ ਜੀ ਨੂੰ ਸ਼ਡਿਊਲਡ ਕਾਸਟਾਂ ਵਾਸਤੇ ਰੱਖੇ 18-19 ਅਤੇ 19-20 ਦੇ ਬਜਟ ਵਿੱਚ 860 ਕਰੋੜ ਰੁਪਈਆ ਤੇ 938 ਕਰੋੜ ਰੁਪਏ ਦਾ ਮੈਂ ਹਿਸਾਬ ਪੁੱਛਿਆ ਸੀ ਨਿੱਬਰ ਜੀ ਆਪਣੀ ਸਪੀਚ ਵਿੱਚ ਤੇ ਮੈਂ ਇਹ ਕਿਹਾ ਸੀ ਵੀ ਇਹ 420 ਹੈ ਲੋਕਾਂ ਦੇ ਨਾਲ ਕਿਉਂਕਿ ਪਿਛਲੇ ਬਜਟ ਦੇ ਵਿੱਚ ਰੱਖਿਆ ਗਿਆ ਪੈਸਾ 1 ਰੁਪਈਆ ਵੀ ਬੱਚਿਆਂ ਲਈ
ਦਲਿਤ ਵਰਗ ਲਈ ਖਰਚਿਆ ਨਹੀਂ ਗਿਆ ਤੇ ਅਸੀਂ ਉਸ ਵੇਲੇ ਸਵਾਲ ਪੁੱਛਦੇ ਸੀ, ਸਪੀਕਰ ਸਾਹਿਬ ਕਹਿੰਦੇ ਜਵਾਬ ਦੇਵਾਂਗੇ ਦੇਵਾਂਗੇ ਦੇਵਾਂਗੇ, ਬਹਿ ਜਾਓ ਬਹਿ ਜਾਓ ਬਹਿ ਜਾਓ। ਲੇਕਿਨ ਉਸ ਤੋਂ ਬਾਅਦ ਹਾਊਸ ਖਤਮ ਕਰ ਦਿੱਤਾ। ਮੈਂ ਇਹ ਵੀ ਕਿਹਾ ਸੀ ਕੱਲ੍ਹ ਬੋਲਦੇ ਹੋਏ ਬਈ ਇਹ ਜਿਹੜੇ ਵਿੱਤ ਮੰਤਰੀ ਜੀ ਆ, ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਕਿੰਨੀ ਖੁੰਦਕ ਆ, ਨਫ਼ਰਤ ਆ ਦਲਿਤਾਂ ਵਾਸਤੇ, ਜਿਹਨਾਂ ਵਾਸਤੇ ਇਹ ਜਿੰਨਾ ਵੀ ਫੰਡ ਰੱਖਦੇ ਇੱਕ ਰੁਪਈਆ ਨਹੀਂ ਲਾਉਂਦੇ। ਮੈਂ ਯਾਦ ਕਰਾਉਣਾ ਚਾਹੁੰਦਾ ਮਨਪ੍ਰੀਤ ਬਾਦਲ ਨੂੰ, 1995 'ਚ ਬੇਅੰਤ ਸਿੰਘ ਨੇ ਕਦੀ ਵਿਧਾਨ ਸਭਾ ਦਾ ਮੂੰਹ ਨਹੀਂ ਦੇਖਣ ਦੇਣਾ ਸੀ ਮਨਪ੍ਰੀਤ ਸਿੰਘ ਨੂੰ। ਜੇ ਉਦੋਂ ਦਲਿਤ, ਉਦੋਂ ਸ਼ਡਿਊਲਡ ਕਾਸਟ ਕਿੱਧਰ ਬਾਈ ਮਦਦ ਨਾ ਕਰਦੇ, ਉਸ ਵੇਲੇ ਦੀ BSP ਜੇ ਮਦਦ ਨਾ ਕਰਦੀ, ਅੱਜ ਇਹ ਮੂੰਹ ਦੇਖਿਆ। ਲੇਕਿਨ ਅੱਜ ਉਹੀ ਵਿੱਤ ਮੰਤਰੀ ਸਭ ਤੋਂ ਵੱਧ ਧੋਖਾ ਜ਼ਿਆਦਤੀ ਸ਼ਡਿਊਲਡ ਕਾਸਟ ਲੋਕਾਂ ਨਾਲ ਕਰ ਰਿਹਾ ਆਪਣੇ ਬਜਟ 'ਚ। ਅੱਜ ਜੋ ਇੰਸੀਡੈਂਟ ਹੋਇਆ, ਮੈਂ ਪੁੱਛਣਾ ਚਾਹੁੰਦਾ ਸੀ, ਜ਼ੀਰੋ 'ਚ ਟਾਈਮ ਨਹੀਂ ਦਿੱਤਾ, ਮੈਂ ਸਪੀਕਰ ਸਾਹਿਬ ਨੂੰ ਕਿਹਾ ਟਾਈਮ ਦਿਓ। ਮੈਂ ਪੁੱਛਣਾ ਚਾਹੁੰਦਾ ਸੀ 800 ਕੱਲ੍ਹ ਵੀ ਨਹੀਂ ਦਿੱਤਾ, 860 ਕਰੋੜ ਰੁਪਈਆ ਕਿੱਥੇ ਗਿਆ ਵਿੱਤ ਮੰਤਰੀ ਜੀ? ਔਰ ਮੈਂ ਇਹ ਵੀ ਕਿਹਾ ਗੱਲੀ ਅਸੀਂ ਚੰਗੀਆਂ ਅਤੇ ਅਚਾਰੀ ਬੁਰੀਆਂ, ਇਸ ਗੱਲ ਦਾ ਬਹੁਤ ਦੁੱਖ ਲੱਗਾ। ਵਿੱਤ ਮੰਤਰੀ ਜੀ ਦਾ ਭਾਸ਼ਣ ਹੈ ਨਾ ਜਿਹੜਾ, ਇਹ ਸ਼ੂਗਰ ਕੋਟਡ ਪੋਇਜ਼ਨ ਹੈ, ਇਹ ਸ਼ੂਗਰ ਕੋਟਡ ਜ਼ਹਿਰ ਹੈ। ਦਿੱਤਾ ਕੁਛ ਨਹੀਂ ਕਿਸੇ ਸੈਕਸ਼ਨ ਨੂੰ, ਬਸ ਸ਼ੇਰੋ ਸ਼ਾਇਰੀ ਨਾਲ ਲੋਕਾਂ ਨੂੰ ਟਕਾ ਦਿੱਤਾ, ਲਫ਼ਜ਼ਾਂ 'ਚ ਟਕਾ ਦਿੱਤਾ। ਸਾਡੇ ਬੱਚੇ ਸ਼ਡਿਊਲਡ ਕਾਸਟ ਸੜਕਾਂ 'ਤੇ ਰੁਲਦੇ ਫਿਰਦੇ ਆ, 3 ਸਾਲ ਤੋਂ ਡਿਗਰੀਆਂ ਨਹੀਂ ਦੇ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਐਗਰੀਕਲਚਰ, ਪੰਜਾਬ ਯੂਨੀਵਰਸਿਟੀ ਅਤੇ ਪ੍ਰਾਈਵੇਟ ਕਾਲਜ, ਇੱਕ ਪੈਸਾ, ਇੱਕ ਨਿੱਕਾ ਪੈਸਾ ਵੀ ਰੱਖਿਆ ਵਿੱਤ ਮੰਤਰੀ ਨੇ ਉਹਦੇ ਵਾਸਤੇ? ਸਾਡੀਆਂ ਸਾਰੀਆਂ ਸਕੀਮਾਂ ਰੋਲ ਦਿੱਤੀਆਂ, ਨੌਕਰੀ ਕੋਈ ਨਹੀਂ ਮਿਲੀ। ਜੇ ਬੱਚਿਆਂ ਨੂੰ 3 ਸਾਲ ਡਿਗਰੀ ਨਹੀਂ ਮਿਲੀ, ਸਰਟੀਫਿਕੇਟ ਨਹੀਂ ਮਿਲਿਆ, ਤਾਂ ਨੌਕਰੀ ਕਿੱਥੋਂ ਭਾਲਣੀ ਉਹਨਾਂ ਨੇ? ਸਾਰਾ ਗੁੱਸਾ ਅੱਜ ਤੁਸੀਂ ਦੇਖ ਲਿਆ। ਜਦੋਂ ਮੈਂ ਕਹਿ ਰਿਹਾ ਸੀ, ਆਹ ਮੈਂ ਪੋਸਟਰ ਦਿਖਾਇਆ, ਮੈਂ ਆਹ ਵੀ ਕਿਹਾ ਵੀ ਗਲਾ ਘੁੱਟਣਾ ਬੰਦ ਕਰੋ, ਅਤੇ ਫਟ ਦੁੱਖ ਬੜਾ ਲੱਗਾ। ਬਾਕੀ ਮੈਂਬਰ ਸਾਡੇ ਚਲੇ ਗਏ ਸੀ, ਹੋਇਆ ਕੀ ਉਦੋਂ? ਅੱਜ ਤੁਸੀਂ ਦੇਖਿਆ, ਅੱਜ ਗੁੱਸਾ ਇਸ ਗੱਲ ਦਾ ਵੀ ਬਹੁਤ ਹੈ ਉਹਨਾਂ ਨੂੰ, ਅੱਜ ਪਾਰਾ ਬਹੁਤ ਚੜਿਆ ਅੰਦਰ। ਖਜ਼ਾਨਾ ਮੰਤਰੀ ਨੇ, ਤੁਸੀਂ ਰਿਕਾਰਡ ਕਢਵਾ ਲਓ, ਮੈਂ ਹੁਣ ਉਹ ਮੂੰਹ 'ਚੋਂ ਗੱਲ ਨਹੀਂ ਕਹਿਣੀ ਚਾਹੁੰਦੀ, ਗਾਲ ਕੱਢੀ ਮੈਨੂੰ, ਮੈਂ ਨਹੀਂ ਉਹ ਗੱਲ ਕਹਿਣੀ। ਸੁੱਖੀ ਰੰਧਾਵੇ ਨੇ ਕਿਹਾ ਲੱਤ ਭੰਦਿਆਂਗੇ, ਔਰ ਜੀਰਾ ਜਿਹੜਾ ਬਹੁਤ MLA ਆ, ਉਹਨੇ ਧਮਕੀਆਂ ਦਿੱਤੀਆਂ ਸ਼ਰੇਆਮ, ਉਹ ਧਮਕੀਆਂ ਦਿੱਤੀਆਂ ਮਾਰਨ ਦੀਆਂ, ਕੁੱਟਣ ਦੀਆਂ। ਅਸੀਂ ਉੱਥੇ, ਮੈਂ ਇਕੱਲਾ ਸੀ, ਲੇਕਿਨ ਬਾਅਦ ਵਿੱਚ ਡਾਕਟਰ ਸੁੱਖੀ ਜੀ, ਖਹਿਰਾ ਸਾਹਿਬ, ਇਹ ਸਾਰੇ ਆ ਗਏ ਅੰਦਰ। ਕਿੱਦਾਂ ਦੀ ਬਦਮਾਸ਼ੀ ਕੀਤੀ ਇਹਨਾਂ ਨੇ ਕਿ ਇੱਕ MLA ਨੂੰ 35 ਬੰਦੇ ਸਾਰੇ ਇਹਨਾਂ ਦੇ ਵੈਲ 'ਚ ਆ ਗਏ ਮੇਰੇ ਮਗਰ, ਕਿ ਇੱਕ ਰਿਜ਼ਰਵ ਸੀਟ ਤੋਂ ਜਿੱਤ ਗਿਆ ਇਹ ਬੰਦੇ ਨੂੰ, ਆਪਣੇ ਸਮਾਜ ਦੀ, ਆਪਣੇ ਇਲਾਕੇ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ? ਅਸੀਂ ਚੁੱਪ ਕਰਕੇ ਗੁੰਗੇ ਬਹਿ ਕੇ ਚੱਲ ਜਾਈਏ, ਅਸੀਂ ਇੱਥੇ ਖਾ ਕੇ ਚੱਲ ਜਾਈਏ ਸਮੋਸੇ? ਵਿੱਤ ਮੰਤਰੀ ਇਹ ਚਾਹੁੰਦਾ ਕਿ ਜਿੱਦਾਂ ਉਹਨਾਂ ਦੀ ਕਾਂਗਰਸ 'ਚ ਜਿਹੜੇ ਦਲਿਤ ਬੈਠੇ ਆ, ਉਹ ਮੂੰਹ ਨੂੰ ਟੇਪ ਲਾ ਕੇ ਬੈਠੇ ਆ, ਇੱਦਾਂ ਹੀ ਇਹ ਵੀ ਬੈਠੇ ਰਹਿਣ ਓਪੋਜੀਸ਼ਨ ਵਾਲੇ, ਅਕਾਲੀ ਦਲ ਵਾਲੇ। ਤੁਸੀਂ ਵੀਡੀਓ ਕਢਾਓ ਕਿੱਦਾਂ ਹੱਥ ਚੱਕੇ ਜੇ ਇਨਾਮ ਦੇ, ਹੱਥ ਚੱਕੇ। ਮੈਂ ਹੁਣ ਉਹ ਮੂੰਹ 'ਚੋਂ ਨਹੀਂ ਕਹਿਣਾ, ਗਾਲ ਕੱਢੀ ਆ ਵਿੱਤ ਮੰਤਰੀ ਨੇ। ਪਰ ਇਸ ਕਰਕੇ ਕਿਹਾ ਹੈ ਕਿ ਤੁਸੀਂ ਫਾਊਲ ਵਰਡ ਯੂਜ਼ ਕੀਤੇ
ਦੱਸ ਦਿਓ। ਮੈਂ ਆਖਿਆ ਮੈਂ ਅੱਜ ਇਹ ਫਾਊਲ ਹੈ ਤਾਂ ਦੱਸ ਦਿਓ। ਮੈਂ ਕਿਹਾ ਵਿੱਤ ਮੰਤਰੀ ਸਪੀਕਰ ਸਾਹਿਬ ਧੱਕੇਸ਼ਾਹੀ ਨਹੀਂ ਚੱਲੇਗੀ, ਸਾਡਾ ਗਲਾ ਨਾ ਕੁੱਟੋ। ਮੈਂ ਕਿਹਾ ਧੱਕੇਸ਼ਾਹੀ ਨਹੀਂ ਚੱਲੇਗੀ। ਹੁਣ ਇਹ ਫਾਊਲ ਲਫ਼ਜ਼ ਆ। ਵਿੱਤ ਮੰਤਰੀ ਨੂੰ ਤਾਂ ਮੈਂ ਕਿਹਾ ਹੀ ਨਹੀਂ ਕੁਛ ਵੀ, ਵਿੱਤ ਮੰਤਰੀ ਨੂੰ ਤਾਂ ਮੈਂ ਆਹੀ ਦਿਖਾਇਆ ਬਸ। ਇਹਦਾ ਬੜਾ ਦੁੱਖ ਲੱਗਿਆ ਉਹਨੂੰ। ਵਿੱਤ ਮੰਤਰੀ ਆਹ ਨਹੀਂ ਸਹਿਣ ਕਰ ਸਕਿਆ ਵੀ ਪੈਸੇ ਕਿੱਥੇ ਗਏ, ਵੀ ਦਲਿਤ ਵਿਦਿਆਰਥੀਆਂ ਦੇ ਪੈਸੇ ਕਿੱਥੇ ਗਏ। ਖਾਣ ਵਾਲੀ ਸਰਕਾਰ ਮੁਰਦਾਬਾਦ ਕਹਾਂਗੇ, ਮੈਂ ਇੱਕ ਵਾਰੀ ਨਹੀਂ ਮੈਂ ਲੱਖ ਵਾਰ ਕਹਾਂਗਾ ਪੂਰੇ ਪੰਜਾਬ 'ਚ ਕਿ ਵਿੱਤ ਮੰਤਰੀ ਨੇ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਡਿਊਲ ਕਾਸਟ ਦਲਿਤ ਬੱਚਿਆਂ ਦਾ ਭਵਿੱਖ ਕਤਲ ਕਰ ਦਿੱਤਾ ਆ। ਲੱਖਾਂ ਬੱਚੇ ਕਾਲਜਾਂ ਯੂਨੀਵਰਸਿਟੀਆਂ ਤੋਂ ਬਾਹਰ ਕਰ ਦਿੱਤੇ ਆ। ਇਸ ਸਰਕਾਰ ਨੇ ਕੋਈ ਨੌਕਰੀ ਨਹੀਂ ਮਿਲੀ ਇਸ ਬੰਦੇ ਨੂੰ, ਜਿਹਨੂੰ ਪਹਿਲੀ ਵਾਰ ਇਸ ਪਵਿੱਤਰ ਸਦਨ ਵਿੱਚ ਪਹੁੰਚਾਇਆ ਦਲਿਤਾਂ ਨੇ ਮਦਦ ਕਰਕੇ। ਅੱਜ ਉਹਨਾਂ ਕੋਲੋਂ ਬਦਬੋ ਆਉਂਦੀ ਹੈ, ਉਹਨਾਂ ਨਾਲ ਨਫ਼ਰਤ ਹੈ ਅੱਜ ਇਸ ਵਿੱਤ ਮੰਤਰੀ ਨੂੰ। ਸਿਰਫ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਇਹਦੀਆਂ ਗੋਲੀਆਂ, ਇਹਦੇ ਭਾਸ਼ਣ ਸ਼ੂਗਰ ਕੋਟਡ ਪੋਇਜ਼ਨ ਆ, ਜ਼ਹਿਰ ਆ। ਔਰ 3 ਸਾਲ 'ਚ ਜੋ ਜਿੰਨਾ ਇਹਨੇ ਪਿੱਛੇ ਕਰ ਦਿੱਤਾ ਸਾਡੇ ਲੋਕਾਂ ਨੂੰ, ਹੋਰ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ। ਅਤੇ ਮੈਂ ਤੁਹਾਡੇ ਜ਼ਰੀਏ ਮੰਗ ਕਰਦਾ ਕਿ ਇੱਕ ਤਾਂ ਪ੍ਰਿਵਲੇਜ ਮੋਸ਼ਨ ਵਿੱਤ ਮੰਤਰੀ 'ਤੇ, ਔਰ ਜਿਹੜੇ ਮਿਸਟਰ ਰੰਧਾਵਾ ਔਰ ਮਿਸਟਰ ਜੀਰਾ ਔਰ ਇਹਨਾਂ ਦੇ ਉੱਤੇ ਚਲਾਇਆ ਜਾਵੇ, ਜਿੱਦਾਂ ਦੀਆਂ ਅੰਦਰ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ। ਸਿਰਫ ਇਸ ਕਰਕੇ ਕਿ ਮੈਂ ਇੱਕ ਆਮ ਗਰੀਬ ਪਰਿਵਾਰ ਵਿੱਚੋਂ ਹਾਂ, ਮੈਂ ਗਰੀਬਾਂ ਦੀਆਂ ਗੱਲਾਂ ਚੱਕਦਾ, ਇਹਨਾਂ ਦੇ ਸਵਾਲ ਚੱਕਦਾ, ਔਰ ਇਹਨਾਂ ਦੇ ਸਵਾਲਾਂ ਦੇ ਉੱਤੋਂ ਮੈਂ ਸਪਲੀਮੈਂਟਰੀ ਪੁੱਛਦਾ, ਅਤੇ ਇਹਨਾਂ ਨੂੰ ਬੜੀ ਅੱਗ ਲੱਗਦੀ ਆ। ਇਹ ਤਾਂ ਮੈਂ ਪੁੱਛੂੰਗਾ, ਇਹ ਤਾਂ ਮੇਰਾ ਸੰਵਿਧਾਨਿਕ ਹੱਕ ਆ। ਇਹ ਮੈਨੂੰ ਪੁੱਛਣ ਤੋਂ ਇਹਨਾਂ ਦੀ ਬਦਮਾਸ਼ੀ, ਇਹਨਾਂ ਦੀ ਹੈਂਕੜ, ਇਹਨਾਂ ਦਾ ਹੰਕਾਰ ਨਹੀਂ ਰੋਕ ਸਕਦਾ। ਮੈਂ FM ਸਾਹਿਬ ਤਾਂ ਬਾਅਦ 'ਚ ਆਏ ਆ, ਮੇਰਾ ਤਾਂ ਪ੍ਰੋਟੈਸਟ ਆ ਸੀ, ਮੈਂ ਤਾਂ ਆਹ ਦਿਖਾਇਆ ਬਸ। ਮੈਂ ਤਾਂ ਇੱਕ ਮਿੰਟ ਮੈਂ ਅੰਦਰੋਂ ਆਇਆ ਜੋ ਬੋਲਿਆ ਮੈਂ ਉਹ ਵੀ ਸੁਣ ਕੇ ਆਇਆ। ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ, ਤਕਨੀਕੀ ਇੱਧਰ ਆ ਜਾ ਯਾਰ, ਇੱਧਰ ਜਿਹੜਾ ਗਵਾਹ ਸੀਗਾ ਉਹ ਆਵੇ, ਜਿਹੜੇ ਗਵਾਹ ਸੀ ਦੱਸ ਦਿਓ ਜੀ, ਕੌਣ ਗਵਾਹ ਸੀ? ਸਾਰੇ ਸੀ, ਡਾਕਟਰ ਸੁੱਖੀ ਜੀ ਖਹਿਰਾ ਜੀ। ਜਿਹੜਾ ਪਹਿਲਾਂ ਹੋਇਆ ਉਹ ਤਾਂ ਹੋਈ ਹੋਇਆ, ਮਤਲਬ ਆਪਣੀ ਗੱਲ ਕਰਨ ਲੱਗੇ ਸੀਗੇ ਸਪੀਕਰ ਸਾਹਿਬ, ਉਹਦੇ ਵੀ ਟਾਈਮ ਨਹੀਂ ਦੇ ਰਹੇ ਸੀਗੇ। ਪਰ ਮੈਂ ਹੁਣ ਘੱਗਰ ਦੇ ਪ੍ਰਦੂਸ਼ਣ 'ਤੇ ਉੱਥੇ ਅੰਦਰ ਸੀਗਾ ਕਿ ਤਕਨੀਕੀ ਸਿੱਖਿਆ ਮੰਤਰੀ ਜੀ ਮਤਾ ਲੈ ਕੇ ਆਏ। ਉਹ ਮਤੇ ਦੇ ਵਿੱਚ ਜਿਹੜੀ ਸ਼ਬਦਾਵਲੀ ਸੀ, ਅਤੇ ਸਪੀਕਰ ਸਾਹਿਬ ਨੇ ਐਕਸਪੰਜ ਵੀ ਨਹੀਂ ਕੀਤਾ ਹੈਗਾ ਵਰਡ, ਚੁੱਪਚਾਪ ਸੁਣਿਆ ਬਲਕਿ ਹੱਲਾਸ਼ੇਰੀ ਦਿੱਤੀ। ਉਹ ਸ਼ਬਦ ਸੀਗਾ ਵੀ ਡੰਗਰਾਂ ਵਾਂਗੂ ਘੁੰਮ ਰਹੇ ਸੀ, ਡੰਗਰਾਂ ਵਾਂਗੂ। ਇਹ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਇੱਕ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਚਲਾ ਰਹੇ ਨੇ, ਉਸ ਵਜ਼ੀਰ ਵੱਲੋਂ ਸਿੱਧੇ ਰੂਪ ਵਿੱਚ ਐਸਾ ਸ਼ਬਦ ਵਰਤਿਆ ਗਿਆ, ਅਤੇ ਸਪੀਕਰ ਸਾਹਿਬ ਨੇ ਉੱਤੇ ਕੋਈ ਓਬਜੈਕਸ਼ਨ ਨਹੀਂ ਕੀਤਾ। ਇਹ ਗਰੀਬ, ਦਲਿਤ, ਕਿਰਤੀ, ਕਾਮੇ ਲੋਕਾਂ ਦੀ ਜੇ ਕੋਈ ਆਵਾਜ਼ ਚੱਕਦਾ ਤਾਂ ਤੁਸੀਂ ਇਹੋ ਜਿਹੀ ਸ਼ਬਦਾਵਲੀ ਦੇ ਨਾਲ ਉਹਦੇ ਨਾਲ ਪੇਸ਼ ਆ ਰਹੇ ਹੋ। ਤਾਂ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਸਿੱਧੇ ਰੂਪ ਵਿੱਚ ਜਿੱਥੇ ਇੱਕ ਮੈਂਬਰ ਦੀ ਤੋਹੀਨ ਕੀਤੀ ਗਈ ਆ, ਇੱਕ ਬਰਾਦਰੀ ਦੀ, ਇੱਕ ਫਿਰਕੇ ਦੀ ਤੋਹੀਨ ਕੀਤੀ ਗਈ ਆ, ਮੰਤਰੀ ਜੀ ਇਹ 'ਤੇ ਜਵਾਬ ਦੇਣ। ਇਹ 'ਤੇ ਜਵਾਬ ਸਪੀਕਰ ਸਾਹਿਬ ਸਿੱਧੇ ਰੂਪ 'ਚ ਮੈਂ ਸਮਝਦਾ ਹੱਲਾਸ਼ੇਰੀ ਦੇ ਰਹੇ ਨੇ। ਐਸੀ ਸੋਚ ਨੂੰ ਜੇ ਵਿਧਾਨ ਸਭਾ ਦੇ ਵਿੱਚ ਨੁਮਾਇੰਦਿਆਂ ਦੀ ਇਹੋ ਜਿਹੀ, ਪੰਜਾਬ ਸਰਕਾਰ ਚਲਾਉਣ ਵਾਲਿਆਂ ਦੀ ਭਾਸ਼ਾ ਇਹੋ ਜਿਹੀ ਹੋਊਗੀ, ਸ਼ਬਦਾਵਲੀ ਇਹੋ ਜਿਹੀ ਹੋਊਗੀ ਵੀ ਡੰਗਰਾਂ ਵਾਂਗੂ ਘੁੰਮ ਰਹੇ ਸੀ, ਇਹ ਕਿਹੜੀ ਸ਼ਬਦਾਵਲੀ ਆ? ਅਤੇ ਫਿਰ ਮੇਰੇ ਖਿਆਲ ਵਿੱਚ ਜੇ ਮੈਂ, ਡਾਕਟਰ ਸੁੱਖੀ ਅਤੇ ਬਲਦੇਵ ਖਹਿਰਾ ਜੀ ਉੱਥੇ ਨਾ ਹੁੰਦੇ ਤਾਂ ਸਿੱਧੇ ਰੂਪ 'ਚ ਜਿਹੜੇ ਉਹਨਾਂ ਦੇ MLA ਸੀਗੇ 80 ਸੀ,
ਅਸੀਂ ਦਾ ਮਤਲਬ ਇਹ ਆ ਵੀ ਆਵਾਜ਼ ਚੱਕੋ, ਲੋਕਾਂ ਦੀ ਗੱਲ ਕਰੋ, ਲੋਕਾਂ ਦੀ ਆਵਾਜ਼ ਚੱਕੋ ਅਸੀਂ ਵੀ। ਤੇ ਸਿੱਧੇ ਰੂਪ ਚ ਮੇਰੇ ਖਿਆਲ ਵਿੱਚ ਇਹਦੇ ਤੇ ਮੈਨ ਹੈਂਡਲਿੰਗ ਕੀਤੀ ਗਈ, ਆ ਕੇ ਹੱਥ ਫੜੇ ਗਏ, ਧੱਕੇ ਮਾਰੇ ਗਏ, ਜੇ ਅਸੀਂ ਵਿੱਚ ਨਾ ਹੁੰਦੇ ਤਾਂ ਬੁਰੀ ਤਰ੍ਹਾਂ ਨਾਲ ਉਹਨਾਂ ਨੇ ਕੁੱਟਣ ਦੀ ਕੋਸ਼ਿਸ਼ ਕਰਨੀ ਸੀ, ਗਾਲਾਂ ਕੱਢੀਆਂ ਗਈਆਂ ਸਿੱਧੇ ਰੂਪ ਚ, ਗਾਲਾਂ ਕੱਢੀਆਂ ਗਈਆਂ। ਰੂਲਿੰਗ ਪਾਰਟੀ ਕਿਵੇਂ ਆ ਕੇ ਕ੍ਰੋਸ ਕਿਵੇਂ ਗੱਲ ਚੱਲੀ ਤੇ ਇੱਕ ਮਿੰਟ, ਉਹ ਸਿੱਧਾ ਕਹਿ ਰਹੇ ਸੀਗੇ, ਕਹਿੰਦੇ ਜੀ ਪਵਨ ਕੁਮਾਰ ਟਿੰਨੂ ਅਗਲੀ ਸੀਟ ਤੇ ਬੈਠਾ ਸੀ, ਜਦੋਂ ਚੰਨੀ ਜੀ ਕਹਿ ਰਹੇ ਸੀਗੇ ਵੀ ਇਹ ਇਨਡਿਸਿਪਲਨ ਆ, ਤੇ ਮੈਂ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਚੰਨੀ ਜੀ ਤੁਹਾਡੇ ਪਿੱਛੇ ਵੀ ਤਿੰਨ ਬੈਠੇ ਨੇ, ਤਿੰਨ ਬੰਦੇ ਉਹਨਾਂ ਦੇ ਟੇਬਲ ਦੇ ਪਿੱਛੇ ਬੈਠੇ ਸੀ ਜਿਨ੍ਹਾਂ ਚੋਂ ਦੋ ਵਜ਼ੀਰ ਸੀਗੇ, ਤੇ ਸਾਰੇ ਤਿੰਨ ਤਿੰਨ ਬੈਠੇ ਸੀਗੇ। ਮੈਂ ਕਿਹਾ ਕੋਈ ਬੰਦਾ ਸਲਾਹ ਕਰਨ ਲਈ, ਕੋਈ ਗੱਲ ਕਰਨ ਲਈ ਚੱਲਿਆ ਜਾਂਦਾ ਤੇ ਉਹ ਸਮਾਂ ਮੰਗ ਰਿਹਾ ਸੀ, ਕੁਛ ਹੋਰ ਨੀ ਮੰਗ ਰਿਹਾ ਸੀ ਸਪੀਕਰ ਸਾਹਿਬ ਤੋਂ। ਜਿਸ ਕੁਰਸੀ ਤੇ ਦਰਸ਼ਨ ਬਰਾੜ ਜੀ ਬੈਠੇ ਸੀ ਉਸੇ ਤੇ ਟਿੰਨੂ ਜੀ ਬੈਠੇ ਸੀਗੇ। ਸ਼੍ਰੋਮਣੀ ਅਕਾਲੀ ਦਲ ਕਲੀਅਰਲੀ ਕੰਡੈਮਸ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ, ਉਸ ਦਲਿਤ ਸਮਾਜ ਤੋਂ ਕਾਂਗਰਸ ਨੂੰ ਕਿਸ ਤਰੀਕੇ ਦੀ ਨਫ਼ਰਤ, ਕਿਸ ਤਰੀਕੇ ਦੀ ਬਦਬੂ ਆ ਰਹੀ ਹੈ, ਅੱਜ ਉਹਨਾਂ ਦੇ ਐਕਸ਼ਨ ਇਸ ਗੱਲ ਨੂੰ ਸਪਸ਼ਟ ਕਰ ਰਿਹਾ ਸੀ ਸਾਰੀ ਵਿਧਾਨ ਸਭਾ 'ਚ। ਉਹ ਖਜ਼ਾਨਾ ਮੰਤਰੀ, ਆ ਸਹਿਕਾਰਤਾ ਮੰਤਰੀ ਜਾਂ ਜੀਰਾ ਨੇ ਜੋ ਕੀਤੀ ਹੈ, ਅੱਜ ਵੀ ਅੱਜ ਅਸੀਂ ਕੰਡੈਮ ਕਰਦੇ ਹਾਂ। ਸਵੇਰੇ ਵੀ ਅਸੀਂ ਬਾਹਰ ਕੀ ਕੀਤਾ, 420 ਬਜਟ ਹੈ, ਧੋਖਾ ਇੰਪਲੋਈਸ ਨਾਲ, ਉਹਨਾਂ ਦਾ 28% DA ਦਾ ਕਿਤੇ ਜ਼ਿਕਰ ਨਹੀਂ। ਇਹ ਧੋਖਾ ਹੈ ਨੌਜਵਾਨਾਂ ਨਾਲ, ਇਹ ਧੋਖਾ ਹੈ ਕਿਸਾਨੀ ਨਾਲ, ਕਿਸਾਨੀ ਦੇ ਖੁਦਕੁਸ਼ੀ ਪਰਿਵਾਰਾਂ ਨਾਲ, 10 ਲੱਖ ਜਾਂ ਨੌਕਰੀ ਦਾ ਕਿੱਥੇ, ਆ SC ਭਾਈਚਾਰੇ ਦਾ ਕਿੱਥੇ, ਹਰ ਵਰਗ ਨਾਲ ਧੋਖਾ ਕੀਤਾ। ਤੇ ਜੇ ਕੱਲ ਵੀ ਟੀਨੂ ਵਾਂਟਡ ਟੂ ਸਪੀਕ, ਆ ਸ਼ਰਮਾ ਜੀ ਨੂੰ ਟਾਈਮ ਦੇ ਦਿੱਤਾ, ਕਹਿਤਾ ਅਖੀਰ ਚ ਗਵਰਨਰ ਐਡਰੈਸ ਵੇਲੇ ਵੀ ਕਿਹਾ ਅਖੀਰ ਚ ਬੋਲਿਓ, ਉਠਾਤਾ ਸੈਸ਼ਨ। ਕੱਲ ਇਹਨੂੰ ਕਿਹਾ ਟੀਨੂ ਕਿੰਨੀ ਵਾਰੀ ਖੜਾ ਹੋਇਆ ਕਿ ਮੈਂ ਕਹਿੰਦੇ ਬਾਅਦ ਚ ਕਰ ਲਿਓ, ਅੱਜ ਜੇ ਬੋਲਿਆ ਤੇ ਫਿਰ ਉਹੀ ਗੱਲ। ਮੇਰੇ ਸਵਾਲ ਜਿਹੜੇ ਮੈਂ ਕੱਲ ਕੀਤੇ ਸੀ ਬਜਟ ਭਾਸ਼ਣ ਚ, ਬਈ ਤੁਸੀਂ ਪਹਿਲਾਂ 18-19 ਚ ਪੈਸੇ ਰੱਖੇ, ਫਿਰ ਤੁਸੀਂ 19-20 ਚ ਪੈਸੇ ਰੱਖੇ, ਹੁਣ ਤੁਸੀਂ ਗਾਂਹ ਫਿਰ ਰੱਖਤੇ, ਪਰ ਪਿਛਲੇ 2 ਸਾਲਾਂ ਦੇ ਪੈਸਿਆਂ ਵਿੱਚੋਂ ਤਾਂ 1 ਰੁਪਈਆ ਵੀ ਤੁਸੀਂ ਦਿੱਤਾ ਨਹੀਂ ਉਹਨਾਂ ਨੂੰ, ਉਹ ਤਾਂ ਮਾਰੇ ਮਾਰੇ ਫਿਰਦੇ ਆ, ਬਸ ਉਹ ਸਕੀਮਾਂ ਬੰਦ, ਸਾਰਾ ਕੁਛ ਠੱਪ, ਉਹਦਾ ਕੀ ਇੱਕ ਬਤੌਰ ਇੱਕ ਨੁਮਾਇੰਦਾ ਹੋਣ ਦੇ ਨਾਤੇ ਕੀ ਮੈਂ ਪੁੱਛ ਨਹੀਂ ਸਕਦਾ ਵਿੱਤ ਮੰਤਰੀ ਕੋਲ, ਕੀ ਵਿੱਤ ਮੰਤਰੀ ਨੂੰ ਜਵਾਬ ਨਹੀਂ ਦੇਣਾ ਚਾਹੀਦਾ? ਵਿੱਤ ਮੰਤਰੀ ਨੂੰ ਇਹੋ ਜਿਹੀ ਸ਼ਬਦਾਵਲੀ ਬੋਲਣੀ ਚਾਹੀਦੀ ਹੈ? ਵਿੱਤ ਮੰਤਰੀ ਨੂੰ ਖੁੰਦਕ ਕਰਨੀ ਚਾਹੀਦੀ ਹੈ, ਨਫ਼ਰਤ ਕਰਨੀ ਚਾਹੀਦੀ ਹੈ ਸਾਡੇ ਮੁੱਦਿਆਂ ਤੇ? ਇਹ ਬੇਇਨਸਾਫੀ ਹੈ, ਇਹ ਕਾਂਗਰਸ ਦਾ ਅਸਲੀ ਚਿਹਰਾ ਆ। ਮੈਂ 2 ਮਿੰਟ ਲੈਣੇ ਆ ਤੁਹਾਡੇ ਜੀ। ਦੇਖੋ, ਜਿਸ ਕਿਸਮ ਦੀ ਵਿਧਾਨ ਸਭਾ ਦੇ ਵਿੱਚ ਪੈਸੇ ਦਾ ਪਿਛਲੇ  3 ਸਾਲ ਤੋਂ ਹੀ, ਆਹ 4th ਸਾਲ ਸ਼ੁਰੂ ਹੋ ਗਿਆ, ਆਪੋਜੀਸ਼ਨ ਦੇ ਬੰਦਿਆਂ ਨੂੰ ਇਹ ਮਹਿਸੂਸ ਕਰਦੇ ਨੇ ਵੀ ਅੰਦਰ ਵੀ ਨਾ ਵੜਨ, ਜੇ ਅੰਦਰ ਵੜਨ ਤਾਂ ਇਹਨੂੰ ਅਸੀਂ ਬੋਲਣ ਨਾ ਰਹੀਏ, ਜੇ ਅਸੀਂ ਕੁਐਸਚਨ ਪਾਉਂਦੇ ਹਾਂ ਤਾਂ ਸਾਡੇ ਕੁਐਸਚਨ ਹੀ ਲੱਗਣ ਦਿੰਦੇ, ਜੇ ਅਸੀਂ 0 ਆਵਰ 'ਤੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ 0 ਆਵਰ 'ਤੇ ਸਾਨੂੰ ਬੋਲਣ ਨਹੀਂ ਦਿੰਦੇ। ਜਿਹੜਾ ਮਸਲਾ ਇਹ ਸਾਡੇ ਪਵਨ ਕੁਮਾਰ ਟੀਨੂ ਦਾ ਹੋਇਆ, ਮੇਰਾ ਖਿਆਲ ਆ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਇਹੋ ਜਿਹਾ ਨਹੀਂ ਹੋਇਆ ਹੋਊਗਾ ਕਿ ਜਿਹੜਾ ਫਾਈਨਾਂਸ ਮਿਨਿਸਟਰ ਆ ਉਹ ਸਿੱਧੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ, ਸਿੱਧੀਆਂ 35 ਬੰਦੇ ਕਦੇ ਦੇਖਿਆ ਵੀ ਜਿਹੜੀ ਮੌਜੂਦਾ ਸਰਕਾਰ ਹੋਵੇ ਉਹ ਬਿੱਲ ਦੇ ਵਿੱਚ ਆ ਕੇ ਇਹਨੂੰ ਹੈਂਡਲ ਕਰੇ, ਧੱਕੇ ਮੁੱਕੀ ਮਾਰੇ। ਮੈਂ ਸਮਝਦਾ ਉਹ ਬੀਬੀ ਆਈ ਆ ਵਿਚਾਰੀ, ਉਹ ਰੋਂਦੀ ਕਰਲਾਉਂਦੀ ਆਈ ਆ ਪਿੰਡੋਂ, ਉਹ ਬੀਬੀ ਵਿਚਾਰੀ ਸੁੱਖ ਦੇ ਵਿੱਚ ਨਹੀਂ ਆਈ, ਭੈੜੇ ਹਾਲਤਾਂ ਦੇ ਵਿੱਚ ਆਈ ਆ। ਤੀਜਾ ਮਸਲਾ, ਮੈਂ 24 ਤਰੀਕ ਨੂੰ ਵੀ ਚੱਕਿਆ, ਅੱਜ ਫਿਰ ਚੱਕਿਆ, ਦੇਖੋ ਲਾਅ ਐਂਡ ਆਰਡਰ ਦੀ ਹਾਲਤ ਕਿਹੋ ਜਿਹੀ ਆ। ਇੱਕ ਪ੍ਰਵਾਸੀ ਬੰਦਾ ਵਿਚਾਰਾ ਦੀਪਕ ਸ਼ੋਲਾ ਸਾਡੇ ਲੁਧਿਆਣੇ ਮੇਰੇ ਹਲਕੇ ਦਾ,
10 ਦਿਨ ਹੋ ਗਏ ਪੁਲਿਸ ਨੇ ਕੁੱਟ ਕੁੱਟ ਕੇ ਮਾਰਤਾ ਤੇ ਮੈਂ ਮਿੰਤਾ ਤਰਲੇ ਵੀ ਕੀਤੀ ਵੀ ਗਰੀਬ ਪਰਿਵਾਰ ਆ ਬੈਠ ਕੇ ਸਮਝੌਤੇ ਹੀ ਕਰਾ ਦਈਏ ਨਾ ਸਮਝੌਤੇ ਵਾਲੇ ਪਾਸੇ ਨਾ ਕਿਤੇ ਹੋਰ ਪਾਸੇ ਉਹ ਸੰਸਕਾਰ ਨਹੀਂ ਹਾਲੇ ਤੱਕ ਹੋਇਆ ਉਹਦਾ ਉਹ ਜਿਹੜੇ ਉਹ ਕਹਿੰਦੇ ਨੇ ਕਿ ਇਹਨਾਂ ਬੰਦਿਆਂ ਨੇ ਮਾਰਿਆ ਉਹਨਾਂ ਦੇ ਖਿਲਾਫ਼ ਐਕਸ਼ਨ ਕੋਈ ਨਹੀਂ ਜਿਹੜੇ ਬੰਦਿਆਂ ਨੂੰ ਕਹਿੰਦੇ ਸਸਪੈਂਡ ਕਰ ਦਿਓ ਕਹਿੰਦੇ ਸਸਪੈਂਡ ਨਹੀਂ ਕਰਨਾ ਤੇ ਕਹਿੰਦੇ ਕੀ ਨੇ ਕਿ ਚੁੱਪ ਕਰਕੇ ਬੋਡੀ ਲੈ ਜਾਓ ਤੇ ਸੰਸਕਾਰ ਕਰ ਦਿਓ ਆਹ ਹਾਲਾਤ ਨੇ ਸਰਕਾਰ ਦੇ ਬਣੇ ਹੋਏ ਮੈਂ ਸਮਝਦਾ ਐਮਰਜੈਂਸੀ ਤੋਂ ਮਾੜੇ ਹਾਲਤ ਨਹੀਂ ਹੋ ਸਕਦੇ ਅੱਜ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਹੈ ਪੰਜਾਬ ਸਰਕਾਰ ਲਾਉਂਦੀ ਚੀਜ਼ ਕੋਈ ਨਹੀਂ ਨਾ ਕੋਈ ਦਲਿਤਾਂ ਨੂੰ ਕੁਛ ਦਿੱਤਾ ਨਾ ਜਿਹਨਾਂ ਨੂੰ ਕਰਜ਼ਾ ਮਾਫ਼ ਕਰਨਾ ਸੀ ਉਹਨਾਂ ਨੂੰ ਕੁਛ ਦਿੱਤਾ ਨਾ ਮੁਲਾਜ਼ਮਾਂ ਨੂੰ ਕੁਛ ਦਿੱਤਾ ਸੋ ਸਾਰੇ ਵਰਗਾਂ ਦਾ ਧੋਖਾ ਕੀਤਾ ਇਹ ਤੋਂ ਮਾੜੀ ਸਰਕਾਰ ਕੋਈ ਹੋਰ ਹੋ ਨਹੀਂ ਸਕਦੀ ਇਹ ਮੁੱਦੇ ਇੱਦਾਂ ਹੀ ਚੱਕਦੇ ਰਹਾਂਗੇ ਜਿੰਨਾ ਮਰਜ਼ੀ ਇਹ ਧਮਕੀਆਂ ਦੇਣ ਜਿੰਨੀ ਮਰਜ਼ੀ ਬਦਮਾਸ਼ੀ ਕਰਨ